ਹੋਈ ਸੀ ਕਿਤੇ ਕਿਤੇ ਹੁੰਦਾ ਪਛਤਾਵਾ ਹੁੰਦਾ ਚੀਜ਼ ਦਾ ਵੀ ਯਾਰ ਨਹੀਂ ਹੋਣਾ ਚਾਹੀਦਾ। ਹਾਂ ਬਾਈ ਮੈਂ ਤਾਂ ਬਾਈ ਮੈਂ ਇਦਾਂ ਦਾ ਇਨਸਾਨ ਆ ਜੇ ਜੇ ਮੈਥੋਂ ਕਦੇ ਗਲਤੀ ਹੋਈ ਹੈ ਤਾਂ ਆਪਾਂ ਬਾਈ ਮੰਨਣ ਚ ਕਾਦੀ ਸ਼ਰਮ ਆ, ਗਲਤੀ ਹੋਈ ਹੈ ਤਾਂ ਹੋਈ ਆ ਹਨਾ ਬਾਈ। ਹਾਂ ਤੇ ਮੈਂ ਬਾਈ ਨੂੰ ਮੈਂ ਫੋਨ ਲਾ ਕੇ ਕਿਹਾ ਮੈਂ ਕਿਹਾ ਵੀ ਬਾਈ ਮੈਥੋਂ ਗਲਤੀ ਹੋ ਗਈ। ਵੀ ਚੰਗਿਆਂ ਦਾ ਕਰੇ ਸਾਲੀ ਯੂਜ਼ ਦੁਨੀਆ ਹੁੰਦਾ 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 ਨਹੀਂ ਮੈਂ ਬੈਡ ਹੋ ਗਿਆ। ਉਹਦੇ ਬੰਦਿਆਂ ਦਾ ਬਾਈ ਮੇਰੇ ਤੇ ਆਸਾਨ ਵੀ ਹੈ ਮੈਂ ਜਿਨ੍ਹਾਂ ਦਾ ਭੁੱਲਦਾ ਨਹੀਂ ਕਦੇ ਜ਼ਿੰਦਗੀ 'ਚ, ਆਸਾਨ ਭੁੱਲਣਾ ਵੀ ਨਹੀਂ ਚਾਹੀਦਾ। ਬੰਦਿਆਂ ਨੇ ਧੋਖਾ ਵੀ ਬਹੁਤਿਆਂ ਨੇ ਕੀਤਾ ਬਾਈ ਇਸੇ ਲਾਈਨ 'ਚ। ਹਾਂ ਬਾਈ ਇਸੇ ਲਾਈਨ 'ਚ ਅੱਛਾ ਜੀ ਤੇ ਸਾਈਨ ਕਰਾ ਕੇ ਤੇ ਮੁੜ ਕੇ ਫਿਰ ਹਾਂ ਉਹੀ ਗੁਲਾਬ ਸਿਆ ਤੂੰ ਕਿਹੜਾ ਗੁਲਾਬ ਤੇ ਅਸੀਂ ਕਿਹੜੇ ਪ੍ਰੋਡਿਊਸਰ ਐ ਵੀ ਹੋਇਆ। ਉਹ ਸਾਰਾ ਕੁਝ ਮਿਲ ਗਿਆ ਜੋ ਜੋ ਸੀ ਤੂੰ ਪਾਲਦਾ ਆ ਦਿਲ ਕਿੱਥੋਂ ਲੈ ਕੇ ਆਏਗਾ ਓਏ ਜੱਟ ਨਾਲ ਦਾ ਕੱਢ ਦਾਂਗੇ ਬਹਿਮ ਜਿਹੜਾ ਜਿਹੜਾ ਵੀ ਤੂੰ ਪਾਲਦਾ ਆ ਦਿਲ ਕਿੱਥੋਂ ਲੈ ਕੇ ਆਏਗਾ ਓਏ ਜੱਟ ਨਾਲ ਦਾ। ਲੋਕ ਜਿਵੇਂ ਕਹਿੰਦੇ ਆ ਵੀ ਯਾਰ ਸਿੱਧੂ ਆਏ ਆ ਸਿੱਧੂ ਜੇ ਆ ਸਿੱਧੂ ਗੋ ਆ ਬਾਈ ਉਹ ਬੰਦੇ ਨੂੰ ਕਦੇ ਮਿਲ ਕੇ ਦੇਖਿਓ, ਤੁਸੀਂ ਤਾਂ ਮਿਲੇ ਹੋ ਬਾਈ। ਮੈਂ ਹੋਰ ਬੰਦਿਆਂ ਨੂੰ ਕਹਿਣਾ ਜਿਹੜੇ बहुत बंदे हुण मैनूं ऐ भी कह देणगे भी पता नहीं भी सिद्धू ने इहदा गाना आ रहा भी पता नहीं जान के वो कर रहा। मैं बई सच्ची कहना मैनूं कसम लगे वो बंदे वर्गा बंदा है नहीं बई कोई भी मेरे नाल बई आ चीज़ां होईयां तां वो बंदे ने बई मैनूं ये चीज़ कही भी मैं तेरे मूहरे खड़ा तू पिछे रह के काम कर जो भी टेंशन उतरी मैं लऊंगा आपदे सिर ते। बहुत वड्डा एहसान आ बई दा ਜਿਹੜਾ ਮੈਂ ਮੈਨੂੰ ਲੱਗਦਾ ਮੈਂ ਇਸ ਉਮਰ 'ਚ ਜਾਂ ਇਸ ਜ਼ਿੰਦਗੀ 'ਚ ਚੁਕਾ ਦੂੰਗਾ ਹਨਾ ਬਾਈ ਦਾ। ਬਾਈ ਦਾ ਵੀ ਬੜਾਪਨ ਸੀ, ਬਾਈ ਨੇ ਵੀ ਮੈਨੂੰ ਗੱਲ ਨਾ ਲਾਇਆ, ਮੈਨੂੰ ਕਹਿੰਦਾ ਕੋਈ ਚੱਕਰ ਨਹੀਂ ਤੂੰ ਛੋਟਾ ਭਰਾ ਸਾਡਾ। ਯਾਰ ਗਲਤੀਆਂ ਹੋ ਜਾਂਦੀਆਂ ਇਨਸਾਨ ਤੋਂ। ਬਾਈ ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤਾਂ ਜੀ ਜੱਟ ਬਾਬੇ ਦੀ ਸਾਰੀ ਟੀਮ ਦਾ ਬਹੁਤ ਬਹੁਤ ਥੈਂਕ ਯੂ ਬਾਈ ਤੇ ਰੱਬ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਵੀਰੇ। ਤੇ ਵੀਰੇ ਇੱਕ ਗੁੱਸਾ ਤੁਹਾਡੇ ਨਾਲ ਸਾਡਾ ਤੇ ਸਰੋਤਿਆਂ ਦਾ ਵੀ। ਹਾਂਜੀ ਬਾਈ ਹੁਕਮ ਜੀ। ਗੁੱਸਾ ਇਹ ਹੈ ਬਾਈ ਇੰਨਾ ਇੰਤਜ਼ਾਰ ਕਿਉਂ ਕਰਵਾ ਰਹੇ ਹੋ ਗੀਤ ਦਾ, ਕੀ ਕਾਰਨ ਹੈ? ਗੁੱਸਾ ਗਿਲਾ ਕੋਈ ਨਹੀਂ 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 ਬਾਈ ਗੁੱਸਾ ਗਿਲਾ ਕੋਈ ਨਹੀਂ। ਤੇ ਉਹ ਬਾਈ ਥੋੜਾ ਥੋੜਾ ਨਾ ਕਿਉਂਕਿ ਬਾਈ ਸਾਰੀ ਟੀਮ ਕਈ ਵਾਰ ਉਲਝੇ ਹੁੰਦੇ ਆ ਬੰਦੇ ਉਹਦੇ ਕਰਕੇ ਥੋੜਾ ਜਿਹਾ ਲੇਟ ਹੋ ਗਿਆ। ਨਹੀਂ ਕੋਈ ਚੱਕਰ ਨਹੀਂ ਬਾਈ ਗਾਣਾ ਛੇਤੀ ਆ ਜਾਣਾ। ਜਦੋਂ ਸਿੱਧੂ ਬਾਈ ਨੇ ਲਿਖਤਾ ਪਟਾਕਾ ਐਨੀ ਟਾਈਮ ਤੇ ਐਨੀ ਟਾਈਮ ਹੀ ਪੈ ਜਾਣਾ ਬਾਈ। ਕਿਵੇਂ ਸਾਡੇ ਕੋਲੇ ਬਹੁਤ ਸਾਰੇ ਮੈਸੇਜ ਆਉਂਦੇ ਨੇ ਲੋਕਾਂ ਦੇ। ਹਾਂਜੀ ਹਾਂਜੀ ਕਿਸੇ ਵੀ ਗੀਤ ਦੇ ਇੰਨੇ ਜ਼ਿਆਦਾ ਮੈਸੇਜ ਹੀ ਨਹੀਂ ਆਏ ਤੇ ਕਹਿੰਦੇ ਇੰਸਟਾ ਦੇ ਉੱਪਰ ਵੀ ਇਸ ਗੀਤ ਦੇ ਕਰੇ ਯਾਰ ਨੇ ਕਿ ਕਦੋਂ ਰਿਲੀਜ਼ ਹੋ ਰਿਹਾ ਕਦੋਂ ਰਿਲੀਜ਼ ਹੋ ਰਿਹਾ। ਕਿ ਤੁਹਾਡਾ ਵੀ ਲੋਕ ਦਿਮਾਗ ਇਹੀ ਖਾਂਦੇ ਸਾਡੇ ਵਾਂਗੂ ਬਾਈ ਕਦੋਂ ਰਿਲੀਜ਼ ਹੋ ਰਿਹਾ ਕਦੋਂ ਰਿਲੀਜ਼ ਹੋ ਰਿਹਾ। ਚੱਕਰ ਕੀ ਹੈ ਬਾਈ ਮੈਂ ਤਾਂ ਰਿਸਪੈਕਟ ਕਰਦਾ ਸਾਰਿਆਂ ਦੀ ਜਿਹੜੇ ਮੇਰੇ ਭਰਾ ਬਾਈ ਜਿੰਨੇ ਮੈਨੂੰ ਫੋਲੋ ਕਰਦੇ ਆ। ਮੈਂ ਪਹਿਲਾਂ ਤਾਂ ਸਾਰਿਆਂ ਦਾ ਥੈਂਕ ਯੂ ਕਰਦਾ ਵੀ ਤੁਹਾਡੇ ਕਰਕੇ ਗਾਉਣ ਵਾਲਾ ਹੁੰਦਾ ਚਾਹੇ ਮੈਨੂੰ ਥੋੜ੍ਹੇ ਫੋਲੋ ਕਰਦੇ ਆ ਜਿੰਨੇ ਕੁ ਵੀ ਕਰਦੇ ਆ ਸਾਰਿਆਂ ਦਾ ਥੈਂਕ ਯੂ। ਤੇ ਬਾਈ ਮੈਸੇਜ ਆਉਂਦੇ ਆ ਤੇ ਮੈਂ ਹਰੇਕ ਬੰਦੇ ਨੂੰ ਰਿਪਲਾਈ ਵੀ ਕਰ ਦਿੰਦਾ ਵੀ ਬਾਈ ਜਲਦੀ ਆ ਜਾਣਾ ਗਾਣਾ। ਇੱਕ ਤਾਂ ਅੱਜ ਮੈਨੂੰ ਸਨੈਪਚੈਟ ਤੇ ਭੱਜ ਗਈ ਪੈ ਗਿਆ ਬਾਈ ਉਹ ਕਹਿੰਦਾ ਯਾਰ ਬਾਈ ਪੋਸਟਰ ਪਾਇਆ ਯਾਰ ਤੁਹਾਡਾ ਗਾਣਾ ਕਦੋਂ ਆਊ। ਮੈਂ ਕਿਹਾ ਬਾਈ ਆ ਜਾਣਾ। ਚੱਕਰ ਕੀ ਹੈ ਜੀ ਮੈਂ ਬਾਈ ਸਿੱਧੂ ਬਾਈ ਮੇਰੇ ਲਈ ਬਹੁਤ ਕੁਛ ਕਰ ਰਿਹਾ ਹੈ ਨਾ ਜੀ। ਤੇ ਮੇਰੀ ਆਦਤ ਨਹੀਂ ਹੈਗੀ ਮੈਂ ਕੋਈ ਵੀ ਬੰਦਾ ਮੇਰਾ ਫਰੈਂਡ ਸਰਕਲ ਦਾ ਵੀ ਹੋਵੇ ਮੈਂ ਉਹਨੂੰ ਤੰਗ ਨਹੀਂ ਕਰਦਾ ਹੁੰਦਾ ਬਾਰ-ਬਾਰ ਫੋਨ ਲਾ ਕੇ। ਉਹ ਫਿਰ ਐ ਹੁੰਦਾ ਵੀ ਬਾਈ ਹੁਣਾਂ ਦਾ ਸਾਰੀ ਟੀਮ ਦਾ ਡਿਸੀਜਨ ਆ ਜਿਵੇਂ ਸਾਰੀ ਟੀਮ ਡਿਸੀਜਨ ਲੈ ਲੂ ਮੈਂ ਫੋਨ ਕਰਕੇ ਨਹੀਂ ਪੁੱਛਦਾ ਹੁੰਦਾ ਵੀ ਬਾਈ ਕਦੋਂ ਕਰਨਾ ਕਦੋਂ ਨਹੀਂ ਕਰਨਾ। ਉਹ ਫਿਰ ਬਾਈ ਹੁਣਾਂ ਨੇ ਕੁਛ ਸੋਚਿਆ ਹੋਣਾ ਕੋਈ ਵਧੀਆ ਸੋਚਿਆ ਹੋਣਾ ਤਾਂਹੀਓ ਇੰਨਾ ਚੱਲ ਰਿਹਾ ਜੀ। ਅੱਜ ਦੋਸਤੋ ਤੁਸੀਂ ਨੇ ਦੇਖਿਆ ਹੋਣਾ ਕਿ ਬਾਈ ਗੁਲਾਬ ਸਿੱਧੂ ਦੀ ਲੁੱਕ ਦੇ ਵਿੱਚ ਥੋੜਾ ਜਿਹਾ ਚੇਂਜ ਹੈ। ਬਾਈ ਨੇ ਨਵਾਂ ਸਟਾਈਲ ਬਣਾਇਆ ਬਾਈ ਕੀ ਕਾਰਨ ਹੈ? ਇਹ ਵਾਲ ਕਿਉਂ ਕਟਵਾਤੇ? ਹੁਣ ਤਾਂ ਲੋਕ ਤਾਂ ਗਰਮੀਆਂ 'ਚ ਕਟਵਾਉਂਦੇ ਨੇ ਤੁਸੀਂ ਇਹਨੇ ਸਰਦੀਆਂ 'ਚ ਕਟਵਾਤੇ। ਇਹ ਨਾ ਬਾਈ ਮੈਂ ਪੰਗਾ ਜਿਹਾ ਲੈ ਲਿਆ ਸੀ ਇੱਕ ਤੁਹਾਨੂੰ ਸਹੀ ਦੱਸਾਂ। ਇੱਕ ਤਾਂ ਸ਼ੂਟ ਤੇ ਸਪਰੇਅ ਸਪਰੂ ਲੱਗੀ ਗਈ ਵਾਲਾਂ ਨੂੰ ਬਾਈ ਉਹਦੇ ਕਰਕੇ ਵਾਲ ਥੋੜ੍ਹੇ ਜਿਹੇ ਹੋ ਗਏ। ਇੱਕ ਮੈਂ ਕਿਸੇ ਦੇ ਪਿੱਛੇ ਲੱਗ ਕੇ ਮੇਰੇ ਫਰੈਂਡ ਦੇ ਮੈਂ ਛੱਲੇ ਜਿਹੇ ਪਵਾ ਲਏ ਵਾਲਾਂ ਨੂੰ ਤੇ ਉਹ ਮੈਨੂੰ ਫਿਰ ਕਈ ਬੰਦਿਆਂ ਨੇ ਕਿਹਾ ਕਹਿੰਦੇ ਵਧੀਆ ਨਹੀਂ ਲੱਗਦੇ। ਫਿਰ ਆਪਾਂ ਮੈਂ ਕਟਾਤੇ ਵਾਲ। ਵਧੀਆ ਲੱਗਦੀ ਤੁਹਾਡੀ ਹੈ। ਥੈਂਕ ਯੂ ਬਾਈ ਥੈਂਕ ਯੂ ਜੀ। ਤਾਂ ਬਾਈ ਐਂ ਦੱਸੋ ਹੁਣ ਆਪਾਂ ਸ਼ੁਰੂਆਤ ਕਰੀਏ ਅਗਰ ਕਿ ਕਿਵੇਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਨਾ। ਹਾਂਜੀ ਬਾਈ ਸਿੱਧੂ ਬਾਈ ਹੋਰਾਂ ਨੇ ਇੱਕ ਧਰਨਾ ਲਗਾਇਆ ਮਾਨਸਾ ਦੇ ਵਿੱਚ। ਹਾਂਜੀ ਹਾਂਜੀ ਬਾਈ ਤੁਸੀਂ ਵੀ ਗਏ ਹੈ ਨਾ। ਆਰਨੀਤ ਬਾਈ ਹੋਰੀ ਅੰਮ੍ਰਿਤਮਾਨ ਹੋਰੀ ਸਾਰਿਆਂ ਨੇ ਮਿਲ ਕੇ ਸਾਥ ਦਿੱਤਾ ਸਫਲ ਵੀ ਰਿਹਾ ਹੈ ਨਾ। ਹਾਂਜੀ ਬਾਈ ਮਤਲਬ ਦੂਰੋਂ ਦੂਰੋਂ ਲੋਕ ਉਹ ਧਰਨੇ ਦੇ ਵਿੱਚ ਆਏ ਹੋਏ ਸੀ। ਹਾਂਜੀ ਬਾਈ ਤੇ ਕਿਵੇਂ ਲੱਗ ਰਿਹਾ ਵੀ ਪਰ ਕੋਈ ਰਿਜ਼ਲਟ ਨਹੀਂ ਨਿਕਲਿਆ ਹੈਗਾ ਕਿਵੇਂ ਲੱਗ ਰਿਹਾ ਕੋਈ ਰਿਜ਼ਲਟ ਅੱਗੇ ਮਿਲੂਗਾ ਕਿਸਾਨਾਂ ਦੇ ਹੱਕਾਂ 'ਚ ਜਾਂ ਨਹੀਂ? ਬਾਈ ਰਿਜ਼ਲਟ ਤਾਂ ਨਿਕਲੂਗਾ ਜੀ तो रिजल्ट भी हक च आऊगा जे अपने लोग चंगी तरह इकट्ठे हो जान। क्योंकि मैं बई हुण थोड़े जे टाइम तो देखी जाना भी लोग ना अपने पार्ट गए लोग मैं हाँ एकता जी नहीं रही जिन्ना स्टार्टिंग च जिन्ना अंदोलन इकट्ठियां दा चलिया ही उन्ना हुण है नहीं। मैं सारिआं नूं बेनती करदा मेरे नाल बहुत सियाणे लोग आ, मैं तां मैनूं तां कुछ भी नॉलेज नहीं हैगी ना, मैं बहुत निआणा जिहा बंदा एक भी सारे इकट्ठे हो जाइए इहदा फैसला हक जी आऊगा। ਇਹ ਆਪਣੇ ਹੱਕ ਚੋਂ ਜੇ ਨਾ ਵੀ ਆਇਆ ਤਾਂ ਜੇ ਆਪਾਂ ਇਕੱਠੇ ਰਹੇ ਤਾਂ ਆਪਾਂ ਉਹ ਨਹੀਂ ਬਣਨ ਦਿੰਦੇ ਕਿ ਮੋਦੀ ਨੂੰ ਕੁਛ ਨਾ ਕੁਛ ਖੱਟ ਜਾਂਗੇ ਅਗਰ। ਹਾਂ ਜੀ ਹਾਂ। ਤੇ ਗੁਲਾਬ ਵੀਰੇ ਇਹ ਦੱਸੋ ਇਸ ਤੋਂ ਪਹਿਲਾਂ ਗੀਤ ਕਿਵੇਂ ਬਾਈ ਬਾਈ ਆ ਰਿਹਾ ਹੈ ਨਾ, ਇਸ ਤੋਂ ਪਹਿਲਾਂ ਕਿੰਨੇ ਕੁ ਗੀਤ ਆ ਚੁੱਕੇ ਨੇ ਹੋਰ? ਇਹ ਤੋਂ ਪਹਿਲਾਂ ਬਾਈ ਆਪਣੇ 10-11 ਗਾਣੇ ਆ ਗਏ ਜੀ। ਅੱਛਾ ਬਾਈ। ਹਾਂਜੀ ਬਾਈ। ਤੇ ਬਾਈ ਕਿਹੜੇ ਗੀਤ ਸੀ ਉਹ, ਕਿਹੜੇ ਮਤਲਬ ਚੱਲੇ ਹੁਣ ਸੁਣੇ ਹੁਣ ਲੋਕਾਂ ਨਾਲ ਲੱਗਿਆ ਵੀ ਹਿੱਟ ਰਹੇ? ਹਾਂਜੀ ਬਾਈ एक तो बई सीगा जी गड्डियां च बजदे गाने मेरी जान दे सिद्धूआं दा मुंडा, तो एक सीगा बई गाना अपना जी डॉज गाना वो बहुत चले ही, तो एक सरदारनी गाना तो दिल कित्थों लैके आएगा जट नाल दा। बाकी जिन्ना क भी प्यार दिता बई सारे ने सिर मथे आ, थैंक यू है बई सारे। बई गाने गर्म बहुत लिखते हो सिद्धू बई वांगू ना, गर्म गीत लिखते हो तुसीं जान के तड़कवें फड़कवें की चक्कर है? नहीं चक्कर तो नहीं बई कोई, वो जिवें बई दा गाना है ना बैड भी चंगिया का करे साली यूज दुनिया हुंदा नहीं मैं बैड हो गया बई, यही चक्कर आ भी बहुते बंदियां दा बई मेरे ते आसान भी है मैं जिन्हां दा भुलदा नहीं कदे जिंदगी च, आसान भुलना भी नहीं चाहिदा। एक बेरा बंदा कोई थोड़ा गुण करदा वो जे तुसीं ना शुक्र हो तां थोड़े वर्गा गिरिया होया ते घटिया इंसान कोई नहीं इस दुनिया दे। ते मैं बई मेरे ते बहुत बंदियां दे आसान भी है ते मेरे नाल बंदियां ने धोखा भी बहुतियां ने कीता बई इस लाइन च। हाँ बई इस लाइन च। अच्छा जी। ते साइन करा के ते मुड़ के फिर हाँ वही गुलाब सिया तू किहड़ा गुलाब ते असीं किहड़े प्रोड्यूसर ऐ भी होया। ते स्टार्टिंग दे विच होया भाजी ये? हाँ बई स्टार्टिंग च भी होया विचाले जे भी होया। अच्छा जी। हाँ बई बाकी चलो जो लिखिया उहने परमात्मा ने दे ही देना, कोई किसी का खो नहीं सकता। ते गुलाब भाई ਇਹ ਲੈਣ 'ਚ ਗਏ ਮਿਊਜ਼ਿਕ ਲੈਣ ਦੇ ਵਿੱਚ ਗਏ, ਪਰਿਵਾਰ ਦੇ ਵਿੱਚ ਹੋਰ ਕੋਈ ਹੈਗਾ ਸੀ ਜਾਂ ਤੁਸੀਂ ਇਕੱਲੇ ਹੀ ਸੀ ਇਹ ਮਤਲਬ ਖਾਨਦਾਨ ਦੇ ਵਿੱਚੋਂ ਜਿਹੜੇ ਇਸ ਲੈਣ ਦੇ ਵਿੱਚ ਗਏ? ਨਹੀਂ ਬਾਈ ਆਪਣੇ ਤਾਂ ਕੋਈ ਵੀ ਨਹੀਂ ਸੀ ਗਾਉਂਦਾ ਤੇ ਪਤਾ ਨਹੀਂ ਬਾਈ ਬਾਬੇ ਨਾਨਕ ਦੀ ਮਿਹਰ ਹੋਈ ਤੇ ਹੌਲੀ ਹੌਲੀ ਬਈ ਬਾਲਾ ਵਧੀਆ ਤਾਂ ਨਹੀਂ ਗਾਉਂਦੇ ਆਪਾਂ ਜਿੰਨਾ ਟਾਈਮ ਜਿਹਾ ਪਾ ਕਰ ਲਈਦਾ। ਤੁਸੀਂ ਬਾਈ ਅਸਲ 'ਚ ਕਹਿੰਦੇ ਨੇ ਕਿ ਗੁਲਾਬ ਸਿੱਧੂ ਹਿੱਕ ਦੇ ਜ਼ੋਰ ਨਾਲ ਗਾਉਂਦਾ। ਹਾਂ ਬਾਈ ਇਹ ਲੋਕਾਂ ਦਾ ਪਿਆਰ ਆ ਜੀ ਜਿਹੜੇ ਕਹਿੰਦੇ ਆ ਸਾਡੇ ਭਰਾ ਵੀ ਹਿੱਕ ਦੇ ਜ਼ੋਰ ਨਾਲ ਗਾਉਂਦਾ। ਤੇ ਗੁਲਾਬ ਭਾਈ ਕਿਹੜਾ ਪਿਛਲਾ ਗਾਣਾ ਆਇਆ ਸੀ? ਹਾਂਜੀ ਬਾਈ ਦਿਲ ਜੱਟਦਾ। ਹਾਂਜੀ ਬਾਈ ਉਹਦੀਆਂ ਦੋ ਲਾਈਨਾਂ ਸੁਣਾਓ ਯਾਰ। ਹਾਂਜੀ ਬਾਈ। ਹਾਂ ਅੱਜ ਮਜੋ ਮਲਾ ਕੇ ਡੋਰੇ ਡੂਲੇ ਵੀ ਬਣਾ ਲੈ, ਸੁਣਿਆ ਏ ਮਹਿੰਗੇ ਵੈਪਨ ਮੰਗਾ ਲੈ, ਹੋ ਸਾਰਾ ਕੁਝ ਮਿਲ ਗਿਆ ਜੋ ਸੀ ਤੂੰ ਪਾਰਦਾ, आ दिल कित्थों लेके आएगा वो जट नाल दा, कढ दांगे बहम जेड़ा भी तू पार दा, आ दिल कित्थों लेके आएगा वो जट नाल दा। क्या बात है भाई, ये होता भाई एक दा जोर। थैंक यू भाई, थैंक यू। गुलाब भाई ऐ दसो किवें तुसीं ने गल करी पहला है ना भी लाइन दे विच धक्का भी होया थोड़ा? हां जी भाई। ते किवें देखदे हो इस लाइन नूं कि इह लाइन कही जी आ नवें बंदे वास्ते कही जी आ, क्योंकि कई बार किहड़े पुराने बैठे ने है ना नवें बंदे नूं पैर ही नहीं लगण हुंदे, किवें देखदे हो इस चीज़ नूं? भाई मैं तां जी मेरी राय इह आ भी जिन्ना क मैं हंडिया वरतिया इस लाइन च जे कोई मेरा भरा राइटर आ जां कोई सिंगर आउणा चाहुंदा भी किसे नाल बाई एग्रीमेंट ना कर लिओ, तो जे करोगे भी तो बंदे चंगे भी पे आ, पंजे उंगलां एक सार नहीं हुंदियां भी, उहदे नालों वधिया घट कर लो पर आपदा कर लो वधिया रहोगे। क्योंकि जदों तुसीं माड़े टाइम हुंदे हो तां उदों लोग बहुत जुड़दे आ तुहाडे नाल माड़े टाइम च भी, ते पर जदों तुसीं थोड़ा जिहा अप हुंदे हो ना फिर कुछ क लोग तुहाडीआं लत्तां खिच्चण लग जांदे। अच्छा दोस्तों किमें भाई गुलाब होर ने कहा कि एग्रीमेंट बॉन्ड वगैरह ना होए किसी नाल, थोड़ा जिहा भाई तो जानने की कोशिश करांगे कि एग्रीमेंट दे विच प्रोड्यूसर की कुछ रखांदे ने, कंपनियां की कुछ शर्तां विच रखदियां ने, क्योंकि बहुत सारे नवे मुंडे जो इस लाइन दे विच आउणा चाहुंदे होणे ओह भी यह वीडियो देख रहे होणे, उन्हां दे किते ना किते काम आऊगी। भाई जी थोड़ा दसो ये की हुंदा, किस तरह लिखाया जाता एग्रीमेंट? ये ना भाई एग्रीमेंट च लिखाया जाता जी भी एक तां हुंदा भी तू किन्ने परसेंट दे साडे नाल साइन होना, ओह जानी कि ओह उन्हां दी मर्जी हुंदी है। जदों किसी सिंगर नूं जां किसी राइटर नूं लोड़ हुंदी है ना जी किसी चीज़ दी, उहनूं पता हुंदा भी यार मैं नाम बनाउणा आपदी इस लाइन च भी मैं क्योंकि बई सिंगर की राइटर की रोजी रोटी यही होंगी है गाउना ते लिखना। ਉਹ ਬੰਦੇ ਨੂੰ ਐ ਹੁੰਦਾ ਵੀ ਚੱਲ ਯਾਰ ਜਿੰਨੇ ਵੀ ਪਰਸੈਂਟ ਦੇ ਕਰਦੇ ਆ, ਜਿਵੇਂ ਹੁਣ ਮੋਸਟਲੀ ਪ੍ਰੋਡਿਊਸਰ ਕਰਦੇ ਆ ਬਈ 70 30 ਤੇ ਕਰ ਲੈਂਦੇ ਆ ਵੀ 30 ਸਿੰਗਰ ਦਾ 70 ਸਾਡਾ, ਉਹ ਮੁੜ ਕੇ ਚਲੋ ਉਹ ਵੀ ਫਿਰ ਉਦੋਂ ਬਾਅਦ ਚੋਂ ਸ਼ੋਆਂ ਦਾ ਰੱਖ ਲੈਂਦੇ ਆ, ਫਿਰ ਗਾਣਿਆਂ ਦਾ ਰੱਖ ਲੈਂਦੇ ਆ ਤੇ ਉਦੋਂ ਬਾਅਦ ਚੋਂ ਲਿਖਾ ਲੈਂਦੇ ਜੀ ਜਿਵੇਂ 5 ਸਾਲ 7 ਸਾਲ। ਮੈਂ ਤਾਂ ਬਾਈ ਪ੍ਰੋਡਿਊਸਰਾਂ ਨੂੰ ਵੀ ਕਹਿਣਾ ਵੀ ਯਾਰ ਬਾਈ ਇੰਨਾ ਲੰਮਾ ਟਾਈਮ ਨਹੀਂ ਹੁੰਦਾ ਯਾਰ, ਵੀ 3 ਸਾਲ ਤੁਸੀਂ ਸਿੰਗਰ ਦੇ ਪੈਸੇ ਇੰਨੇ ਕ ਲਾਓ, ਉਹਨੂੰ ਪਹਿਲੇ ਸਾਲ ਹੀ ਖੜਾ ਕਰ ਦਿਓ, ਪਿਛਲੇ 2 ਸਾਲ ਤੁਹਾਨੂੰ ਤੁਹਾਡੀ ਜਿਹੜੇ ਤੁਸੀਂ ਪੈਸੇ ਲਾਇਆ ਉਹ ਤੁਹਾਨੂੰ ਤੁਹਾਡੇ ਵਾਪਸ ਆ ਜਾਣ। 5 ਸਾਲ ਤਾਂ ਯਾਰ ਬਾਈ 5 ਸਾਲਾਂ ਜਿੱਦਾਂ ਬੰਦਾ ਅੱਧਾ ਬੁੜਾ ਹੋ ਜਾਂਦਾ, ਜੇ ਬੰਦਾ ਹਿੱਟ ਵੀ ਹੋਇਆ ਤਾਂ ਵੀ 5 ਸਾਲਾਂ ਬਾਅਦ ਤਾਂ ਉਹੀ ਢਲਣ ਲੱਗ ਜਾਂਦਾ। ਉਹ ਬਾਈ ਚੰਗੇ ਮਾੜੇ ਟਾਈਮ ਦਾ ਕੋਈ ਪਤਾ ਨਹੀਂ, ਉਹ ਰੱਬ ਕਿਸੇ ਤੇ ਵੀ ਲਿਆ ਸਕਦਾ। ਪਰ ਜੇ ਤੁਹਾਡਾ ਸਿੰਗਰ ਪਹਿਲੇ ਸਾਲ ਹੀ ਤੁਸੀਂ 6 ਮਹੀਨਿਆਂ 'ਚ ਹੀ ਖੜਾ ਕਰਤਾ ਨਾ ਬਾਈ, ਸਿੰਗਰ ਤਾਂ ਖੜਾ ਕਰਨ ਨੂੰ ਜਦੋਂ ਆਪਾਂ ਪੈਸੇ ਲਾਉਣੇ ਆ ਨਾ ਬਾਈ, ਉਹਦੇ ਤੇ ਪੈਸੇ ਇੰਨੇ ਚੰਗੀ ਤਰ੍ਹਾਂ ਲਾ ਦਿਓ, ਉਹਨੂੰ ਪ੍ਰਮੋਟ ਹੀ ਇੰਨੀ ਚੰਗੀ ਤਰ੍ਹਾਂ ਕਰ ਦਿਓ ਵੀ ਤੁਹਾਡਾ ਸਿੰਗਰ ਆਟੋਮੈਟਿਕਲੀ ਲੋਕਾਂ ਸਾਹਮਣੇ ਆ ਜਾਣਾ ਤੇ ਤੁਹਾਨੂੰ ਇਨਕਮ ਹੋਣ ਲੱਗ ਜਾਣੀ ਹੈ। ਗੁਲਾਬ ਬਾਈ ਜਦੋਂ ਸ਼ਰਤਾਂ ਲਿਖਾਈਆਂ ਜਾਂਦੀਆਂ ਨੇ ਹਨਾ, ਕਲਾਕਾਰ ਉਹ ਪੜਦਾ ਹੈ ਨਾ, ਫਿਰ ਫਸ ਕਿਉਂ ਜਾਂਦੇ ਨੇ? ਉਹਨੂੰ ਪਤਾ ਹੁੰਦਾ ਵੀ 5 ਸਾਲ ਜਾਂ 7 ਸਾਲ ਲਿਖਵਾਏ ਜਾ ਰਹੇ ਨੇ ਮੇਰੇ ਤੋਂ, ਫਸ ਕਿਉਂ ਜਾਂਦੇ ਨੇ? ਬਾਈ ਫਸ ਇਹੀ ਹੈ ਜੀ, ਮਜਬੂਰੀ ਹੁੰਦੀ ਹੈ ਬੰਦੇ ਦੀ ਵੀਰੇ। ਜੇ ਹੁਣ ਮੇਰੇ ਕੋਲੇ ਜੱਦੀ ਪੁਸ਼ਤੀ 100 ਕਿੱਲਾ ਜ਼ਮੀਨ ਦਾ ਹੁੰਦਾ, ਮੈਂ ਕਿਉਂ ਫਸਦਾ ਬਾਈ ਕੇ? ਕਿਉਂਕਿ ਮਜਬੂਰੀ ਹੁੰਦੀ ਹੈ ਬਾਈ ਹਰੇਕ ਬੰਦੇ ਦੀ, ਹਰੇਕ ਆਰਟਿਸਟ ਦੀ। ਮੋਸਟਲੀ ਜਿੰਨੇ ਕ ਆਰਟਿਸਟ ਆ ਸਾਰੇ ਥੱਲਿਓਂ ਉੱਠ ਕੇ ਗਏ ਆ, ਸਾਰੇ ਗਰਾਊਂਡ ਲੈਵਲ ਤੋਂ ਉੱਠਦੇ ਆ ਹਨਾ, ਤੇ ਉਹਨਾਂ ਨੂੰ ਲੋੜ ਹੁੰਦੀ ਹੈ ਯਾਰ ਵੀ, ਕਿਉਂਕਿ ਜਦੋਂ ਲੋੜ ਹੁੰਦੀ ਹੈ ਨਾ ਬਾਈ ਆਪਾਂ ਅੱਖਾਂ ਮੀਚ ਕੇ ਅੱਖਾਂ ਬੰਦ ਕਰਕੇ ਯਕੀਨ ਕਰ ਲੈਂਦੇ ਆ ਮੂਹਰਲੇ ਬੰਦੇ ਤੇ, ਜਦੋਂ ਆਪਾਂ ਨੂੰ ਲੋੜ ਹੁੰਦੀ ਆ ਤੇ ਫਿਰ ਜਦੋਂ ਲੋੜ ਦਾ ਕੋਈ ਨਜਾਇਜ਼ ਫਾਇਦਾ ਚੱਕਦਾ ਨਾ, ਉਦੋਂ ਬਾਈ ਸੱਟ ਲੱਗਦੀ ਆ ਬੰਦੇ ਤੇ। ਤਾਂ ਦੋਸਤੋ ਜਿਵੇਂ ਵੀ ਕੋਈ ਨਵੇਂ ਮੁੰਡੇ ਨੇ ਐਗਰੀਮੈਂਟ ਵਗੈਰਾ ਕਰਨਾ ਚਾਹੁੰਦੇ ਨੇ ਤਾਂ ਦੋਸਤੋ ਬਾਈ ਹੋਰਾਂ ਦੀ ਵੀ ਅਪੀਲ ਆ ਕਿ ਬਹੁਤ ਸੋਚ ਸਮਝ ਕੇ ਹੈ ਨਾ ਐਗਰੀਮੈਂਟ ਵਗੈਰਾ ਕਰੋ। ਜੇ ਤੁਸੀਂ ਕਰਨਾ ਚਾਹੁੰਦੇ ਤਾਂ ਸਾਲ 2 ਸਾਲ ਵੱਧ ਤੋਂ ਵੱਧ ਐਗਰੀਮੈਂਟ ਕਰੋ, ਇਸ ਤੋਂ ਵੱਧ ਐਗਰੀਮੈਂਟ ਨਾ ਕਰੋ, ਉਹ ਵੀ ਪੂਰਾ ਪੜ੍ਹ ਕੇ। ਹਾਂ ਤੇ ਬਾਈ ਹੁਣ ਆਪਾਂ ਵੱਧਦੇ ਹਾਂ ਆਪਣੀ ਹੈ ਨਾ ਅਗਲੀ ਗੱਲਬਾਤ ਵੱਲ। ਤੇ ਵੀਰੇ ਐਂ ਦੱਸੋ ਨਵੀਂ ਟੀਮ ਜਿਹੜੀ ਬਣੀ ਆ ਸਿੱਧੂ ਬਾਈ ਹੋਰਾਂ ਨਾਲ, ਹਾਂਜੀ ਬਾਈ ਕਿਵੇਂ ਲੱਗ ਰਿਹਾ ਟੀਮ ਨਾਲ ਕੰਮ ਕਰਕੇ? ਬਾਈ ਬਹੁਤ ਵਧੀਆ, ਮੈਂ ਤੁਹਾਨੂੰ ਦੱਸਦਾ ਮੈਂ ਬਾਈ ਨੂੰ ਜਦੋਂ ਫਸਟ ਟਾਈਮ ਮਿਲਿਆ ਸੀ, ਅੱਛਾ ਜੀ, ਤੇ ਬਾਈ ਬੰਦਾ ਲੋਕ ਜਿਵੇਂ ਕਹਿੰਦੇ ਆ ਵੀ ਯਾਰ ਸਿੱਧੂ ਆਏ ਆ, ਸਿੱਧੂ ਜੇ ਆ, ਸਿੱਧੂ ਗੋ ਆ, ਬਾਈ ਉਹ ਬੰਦੇ ਨੂੰ ਕਦੇ ਮਿਲ ਕੇ ਦੇਖਿਓ, ਤੁਸੀਂ ਤਾਂ ਮਿਲੇ ਹੋ ਬਾਈ। ਮੈਂ ਹੋਰ ਬੰਦਿਆਂ ਨੂੰ ਕਹਿਣਾ ਜਿਹੜੇ ਕਿਸੇ ਬੰਦੇ ਬਾਰੇ ਉਦਾਂ ਹੀ ਜੱਜ ਕਰ ਲੈਂਦੇ ਆ ਵੀ ਯਾਰ ਇਹ ਬੰਦਾ ਐ ਹੋ ਬਹੁਤ ਬੰਦੇ ਹੁਣ ਮੈਨੂੰ ਐ ਵੀ ਕਹਿ ਦੇਣਗੇ ਵੀ ਪਤਾ ਨਹੀਂ ਵੀ ਸਿੱਧੂ ਨਾਲ ਇਹਦਾ ਗਾਣਾ ਆ ਰਿਹਾ, ਵੀ ਪਤਾ ਨਹੀਂ ਜਾਣ ਕੇ ਉਹ ਕਰ ਰਿਹਾ। ਮੈਂ ਬਾਈ ਸੱਚੀ ਕਹਿਣਾ, ਮੈਨੂੰ ਕਸਮ ਲੱਗੇ ਉਹ ਬੰਦੇ ਵਰਗਾ ਬੰਦਾ ਹੈ ਨਹੀਂ ਬਾਈ ਕੋਈ। ਉਹ ਬੰਦੇ ਨੇ ਬਾਈ ਜਿੱਦੇ ਮੈਂ ਉਹਨੂੰ ਪਹਿਲੇ ਦਿਨ ਦੱਸਿਆ ਨਾ ਆਪਦੇ ਬਾਰੇ, ਆਪਦਾ ਉਹ ਵੀ ਮੇਰੇ ਨਾਲ ਬਾਈ ਆਹ ਚੀਜ਼ਾਂ ਹੋਈਆਂ, ਤਾਂ ਉਹ ਬੰਦੇ ਨੇ ਬਾਈ ਮੈਨੂੰ ਇਹ ਚੀਜ਼ ਕਹੀ ਵੀ ਮੈਂ ਤੇਰੇ ਮੂਹਰੇ ਖੜਾ, ਤੂੰ ਪਿੱਛੇ ਰਹਿ ਕੇ ਕੰਮ ਕਰ, ਜੋ ਵੀ ਟੈਨਸ਼ਨ ਉਤਰੀ ਮੈਂ ਲਊਂਗਾ ਆਪਦੇ ਸਿਰ ਤੇ। ਇਦੋਂ ਵੱਡਾ ਹੋਰ ਕੀ ਚਾਹੀਦਾ ਬਾਈ ਹਨਾ? ਤੇ ਬਾਈ ਮੇਰੇ ਤੇ ਬਹੁਤ ਵੱਡਾ ਅਹਿਸਾਨ ਆ ਬਾਈ ਦਾ, ਜਿਹੜਾ ਮੈਨੂੰ ਲੱਗਦਾ ਮੈਂ ਇਸ ਉਮਰ 'ਚ ਜਾਂ ਇਸ ਜ਼ਿੰਦਗੀ 'ਚ ਚੁਕਾ ਦੂੰਗਾ ਹਨਾ ਬਾਈ ਦਾ। ਤੇ ਗੁਲਾਬ ਬਾਈ ਆਪਾਂ ਵਾਲੀ ਡਿਟੇਲ 'ਚ ਨਹੀਂ ਜਾਵਾਂਗੇ, ਪਿੱਛੇ ਜੋ ਬੀਤ ਗਿਆ ਪਰ ਫਿਰ ਵੀ ਮਤਲਬ ਉਹਨਾਂ ਚੀਜ਼ਾਂ ਜੋ ਹੋਈਆਂ ਹੈ ਨਾ ਪਿੱਛੇ ਥੋੜਾ ਹੀ ਜੀ ਕਿਤੇ ਨਾ ਕਿਤੇ ਗੱਲਬਾਤ ਹੋਈ ਸੀ, ਕਿਤੇ ਨਾ ਕਿਤੇ ਹੁੰਦਾ ਪਛਤਾਵਾ ਹੁੰਦਾ ਚੀਜ਼ ਦਾ ਵੀ ਯਾਰ ਨਹੀਂ ਹੋਣਾ ਚਾਹੀਦਾ। ਹਾਂ ਬਾਈ ਮੈਂ ਇਦਾਂ ਦਾ ਇਨਸਾਨ ਹਾਂ, ਜੇ ਮੈਥੋਂ ਕਦੇ ਗਲਤੀ ਹੋਈ ਹੈ ਤਾਂ ਆਪਾਂ ਬਾਈ ਮੰਨਣ 'ਚ ਕਾਹਦੀ ਸ਼ਰਮ ਆ, ਗਲਤੀ ਹੋਈ ਹੈ ਤਾਂ ਹੋਈ ਆ ਹਨਾ ਬਾਈ। ਹਾਂ ਤੇ ਮੈਂ ਬਾਈ ਨੂੰ ਮੈਂ ਫੋਨ ਲਾ ਕੇ ਕਿਹਾ, ਮੈਂ ਕਿਹਾ ਵੀ ਬਾਈ ਮੈਥੋਂ ਗਲਤੀ ਹੋ ਗਈ ਵੀ ਬਾਈ ਯਾਰ ਬਾਈ ਦਾ ਵੀ ਬੜਾਪਨ ਸੀ, ਬਾਈ ਨੇ ਵੀ ਮੈਨੂੰ ਗੱਲ ਨਾ ਲਾਇਆ, ਮੈਨੂੰ ਕਹਿੰਦਾ ਕੋਈ ਚੱਕਰ ਨਹੀਂ, ਤੂੰ ਛੋਟਾ ਭਰਾ ਸਾਡਾ, ਯਾਰ ਗਲਤੀਆਂ ਹੋ ਜਾਂਦੀਆਂ ਇਨਸਾਨ ਤੋਂ। ਬਾਈ ਦਾ ਬਹੁਤ ਵੱਡਾ ਬੜਾਪਨ ਸੀ ਤੇ ਹੁਣ ਬਾਈ ਵਧੀਆ, ਬਾਈ ਪਿਆਰ ਕਰਦਾ ਬਹੁਤ ਜ਼ਿਆਦਾ, ਛੋਟਾ ਭਾਈ ਸਮਝਦਾ ਤੇ ਬਾਈ ਇਦਾਂ ਹੀ ਪਿਆਰ ਬਣਾਈ ਰੱਖੇ, ਸਮੱਤ ਬਖਸ਼ੇ ਬਾਈ ਮਾਲਕ। ਬਾਈ ਇਹ ਛੋਟੇ ਉਸ ਤੋਂ ਗੱਲ ਆਈ, ਉਹ ਤਾਂ ਕਹਿੰਦੇ ਪੁੱਛਣਾ ਚਾਹੀਦਾ ਬਾਈ ਉਮਰ ਕਿੰਨੀ ਕਾ ਤੁਹਾਡੀ ਵੀਰੇ? ਉਮਰ ਵੀਰੇ ਮੈਂ ਉਮਰ 'ਚ ਮੈਂ ਵੱਡਾ ਹੋਊਂਗਾ ਬਾਈ ਨਾਲ, ਮੈਂ 15/4/92 ਦਾ ਮੇਰਾ ਬਰਥ ਬਾਈ। ਬਾਈ ਹੁਣੇ ਮੈਨੂੰ ਲੱਗਦਾ ਬਾਈ 27 ਸਾਲ ਦੇ ਆ, ਬਸ ਸੇਮ ਜਿਹੀ ਆ ਬਾਈ। ਹਾਂਜੀ ਬਾਈ ਹਮ ਉਮਰ ਹੋ ਤੁਸੀਂ ਸਾਰੇ। ਇੱਕ ਨਾ ਬਾਈ ਰਿਸਪੈਕਟ ਹੁੰਦੀ ਆ, ਚਾਹੇ ਚਾਹੇ ਉਮਰ ਦੀ ਲਾ ਲਓ, ਚਾਹੇ ਤੁਹਾਡੇ ਕੰਮ ਦੀ ਲਾ ਲਓ। ਹਾਂ ਇੱਕ ਨਿਗਾਹ ਦੀ, ਇੱਕ ਕੰਮ ਦੀ ਵੀ ਯਾਰ ਤੁਸੀਂ ਕਿੰਨਾ ਵਧੀਆ ਕੰਮ ਕੀਤਾ ਜਾਂ ਤੁਸੀਂ ਕੀ ਕਰ ਰਹੇ ਹੋ। ਉਹ ਬਾਈ ਉਹ ਬੰਦੇ ਦੀ ਸਿਫਤ ਆ ਵੀ ਉਹ ਬੰਦਾ ਗਰੀਬ ਨਾਲ ਵੀ ਖੜਦਾ, ਅਮੀਰ ਨਾਲ ਵੀ ਖੜਦਾ, ਉਹ ਹਰੇਕ ਪੱਖ ਦੇ ਬੰਦੇ ਨਾਲ, ਜਿਹੜੇ ਬੰਦੇ ਨੂੰ ਲੋੜ ਆ ਉਹ ਲੋੜਵੰਦ ਬੰਦੇ ਨਾਲ ਜ਼ਿਆਦਾ ਖੜਦਾ। ਉਹ ਜਿਹਨੂੰ ਲੋੜ ਆ ਉਹ ਬੰਦੇ ਨੂੰ ਉਹ ਕਹਿੰਦਾ ਵੀ ਤੇਰੀ ਤਾਂ ਲੋੜ ਪੂਰੀ ਆ, ਤੂੰ ਤਾਂ ਲੋੜਵੰਦ ਬੰਦਾ, ਤੈਨੂੰ ਤਾਂ ਵੀ ਤੇਰੀ ਤਾਂ ਲੋੜ ਉਦਾਂ ਹੀ ਨੀਡ ਤੇਰੀ ਪੂਰੀ ਹੋ ਜਾਣੀ ਆ। ਪਰ ਜਿਹੜੇ ਬੰਦੇ ਨੂੰ ਲੋੜ ਆ ਉਹ ਬੰਦੇ ਨਾਲ ਉਹ ਮੋਢੇ ਨਾਲ ਮੋਢਾ ਲਾ ਕੇ ਖੜਦਾ ਸਿੱਧੂ ਬਾਈ ਵੀ ਕੋਈ ਚੱਕਰ ਨਹੀਂ ਮੈਂ ਖੜਾ ਤੇਰੇ ਨਾਲ। ਤੇ ਗੁਲਾਬ ਬਾਈ ਫਿਰ ਬਹੁਤ ਥਾਵੇਂ ਦੇਖਦੇ ਆ ਹੈ ਨਾ ਖਾਰ ਬਹੁਤ ਖਾਂਦੀ ਜਨਤਾ ਬਾਈ ਤੋਂ, ਚੱਕਰ ਕੀ ਆ ਇਹ? ਬਾਲੇ ਖਿੱਚਦੇ ਨੇ ਲੋਕ पता नहीं की चक्कर है, कारण की है थोड़े की, तो क्योंकि तुसी बाई नाल ज्यादा रहे हो है ना। हाँ जी वो बाई चक्कर पता की है जी, ऐ जे नहीं हुंदा भी यार एक छोटे जे घर दा मुंडा 2.5-3 साल च एडा मकाम कर गया भी यार भी लोग एक एक हुंदा बई भी चलो मकाम मिल जाता, मकाम ऐ नहीं पता आप रात को सुते हैं सवेरे मकाम मिल जाना। हाँ। एक हुंदा भी लोगों की कट्टड़ता भी लोग ना स्टैंड लेंदे आ बाई पिछे, मैं ये चीज़ां देखियां। मैनू कितना टाइम हो गया गाउंदे नूं, बहुत होर कलाकार भी ਹੈਗੇ ਨੇ ਜਿਨ੍ਹਾਂ ਦਾ ਕੋਈ ਐਡਾ ਨਾਮ ਨਹੀਂ ਹੁੰਦਾ, ਇਹ ਕੋਈ ਵਿਰਲਾ ਹੀ ਹੁੰਦਾ ਜਿਹਦੇ ਪਿੱਛੇ ਲੋਕ ਸਟੈਂਡ ਲੈਣ ਲੱਗ ਜਾਂਦੇ ਆ ਵੀ ਜੇ ਤੂੰ ਸਿੱਧੂ ਨੂੰ ਕਿਹਾ ਤਾਂ ਅਸੀਂ ਖੜੇ ਆ ਮੂਹਰੇ ਹਨਾ ਜੀ। ਵੀ ਬੰਦੇ ਨੂੰ ਆਪ ਨੂੰ ਬੋਲ ਕੇ ਨਹੀਂ ਇਹ ਦੱਸਣਾ ਪੈਂਦਾ, ਉਹਦੇ ਕੰਮ ਜਾਂ ਉਹਦੇ ਆਲੇ ਦਾਲੇ ਵਾਲਾ এনवायरमेंट ਦੱਸਦਾ ਵੀ ਹਾਂ ਬੰਦਾ ਹੈਗਾ ਹਨਾ ਜੀ। ਤੇ ਉਹ ਬਾਈ ਖਾਰ ਖਾਣ ਵਾਲੇ ਬਾਕੀ ਉਹਨਾਂ ਨੂੰ ਵੀ ਰੱਬ ਲੰਮੀ ਉਮਰਾਂ ਹੀ ਦੇਵੇ, ਸਮੱਤ ਬਖਸ਼ੇ ਵੀ ਇਦਾਂ ਬਾਈ ਕਿ ਨਾ ਖਾਰ ਖਾ ਕੇ ਜਾਂ ਕਿਸੇ ਦਾ ਮਾੜਾ ਸੋਚ ਕੇ ਤੁਸੀਂ ਕਦੇ ਅੱਗੇ ਨਹੀਂ ਵੱਧ ਸਕਦੇ। ਤੁਸੀਂ ਜੇ ਕਿਸੇ ਬੰਦੇ ਨੂੰ ਚੰਗਾ ਨਹੀਂ ਬੋਲ ਸਕਦੇ ਤਾਂ ਉਹਨੂੰ ਮਾੜਾ ਵੀ ਨਾ ਬੋਲੋ ਮੇਰਾ ਭਰਾ, ਕਿਉਂਕਿ ਬਾਈ ਧੀਆਂ ਭੈਣਾਂ ਸਭ ਦੇ ਘਰੇ ਆ, ਸਭ ਦੀ ਮਾਂ ਸਭ ਦੀ ਭੈਣ ਆ। ਤੇ ਯਾਰ ਜੇ ਆਪਦੀ ਮੰਨ ਕੇ ਚੱਲੋਗੇ ਤਾਂ ਬਾਈ ਆ ਗਾਲਾਂ ਕੱਢਣੀਆਂ ਬੰਦ ਕਰ ਦੋਗੇ ਹਨਾ ਕਮੈਂਟਾਂ 'ਚ। ਕਮੈਂਟਾਂ ਤੇ ਗੁਲਾਬ ਵੀਰੇ ਕਿਹੜਾ ਇਹ ਗੀਤ ਆ ਰਿਹਾ ਬਾਈ ਬਾਈ ਹੈ ਨਾ? ਹਾਂਜੀ ਬਾਈ। ਇਹਦਾ ਕਿਵੇਂ ਸੋਚਿਆ, ਕਿਵੇਂ ਪਲੈਨਿੰਗ ਕਿਵੇਂ ਹੋਈ ਇਸ ਗੀਤ ਦੀ ਵੀ ਬਾਈ ਬਾਈ ਗੀਤ ਕਰਨਾ? ਇਹ ਬਾਈ ਹੁਣਾਂ ਦਾ ਬਾਈ ਹੁਣਾਂ ਕੋਲੇ ਬੈਠੇ ਸੀਗੇ, ਮੈਂ ਨਾ ਇੱਕ ਦਿਨ ਥੋੜਾ ਜਿਹਾ ਅਪਸੈਟ ਸੀਗਾ ਬਾਈ ਨੇ ਮੈਨੂੰ ਬੁਲਾਇਆ। ਬਾਈ ਮੈਨੂੰ ਕਹਿੰਦਾ ਵੀ ਆਪਾਂ ਕਰਦੇ ਆ ਗਾਣੇ ਵਧੀਆ ਤਰੀਕੇ ਨਾਲ ਤੇਰੇ, ਤੇ ਵੀ ਤੂੰ ਹੁਣ ਟੈਨਸ਼ਨ ਨਾ ਲਈ ਵੀ ਆਪਾਂ ਵਧੀਆ ਕਰਾਂਗੇ ਜੋ ਵੀ ਕਰਾਂਗੇ। ਤੇ ਉਹ ਬਾਈ ਸਾਡੇ ਕੋਲੇ ਗਾਣਾ ਪਿਆ ਸੀਗਾ ਜੀ, ਤੇ ਬਾਈ ਨੂੰ ਵਧੀਆ ਲੱਗਿਆ ਬਾਈ ਹੁਣਾਂ ਨੂੰ ਗਾਣਾ। ਬਾਈ ਕਹਿੰਦੇ ਯਾਰ ਆਹ ਗਾਣਾ ਘੈਂਟ ਆ, ਆਹ ਗਾਣਾ ਹੀ ਕਰਦੇ ਆ ਪਹਿਲਾਂ। ਤੇ ਇਹਦੇ 'ਚ ਬਾਈ ਹੁਣਾਂ ਨੇ 3 ਟੱਪੇ ਲਿਖਿਆ ਤੇ ਬਾਈ ਦਾ ਬਾਈ ਇਹੀ ਬੜਾਪਨ ਬਹੁਤ ਵੱਡਾ, ਤੇ ਵੀ ਬਾਈ ਨੇ 3 ਪੈਰੇ ਹੀ ਉਹ ਮੁੰਡੇ ਦੇ ਲਿਖਿਆ, 3 ਪੈਰੇ ਹੀ ਬਾਈ ਨੇ ਲਿਖਿਆ। ਤੇ ਬਾਈ ਦਾ ਤੁਸੀਂ ਪੋਸਟਰ 'ਚ ਦੇਖ ਲਿਓ, ਟੀਜ਼ਰ 'ਚ ਦੇਖ ਲਿਓ, ਜਦੋਂ ਟੀਜ਼ਰ ਆਊਗਾ ਬਾਈ ਨੇ ਆਪਦਾ ਨਾਮ ਰਾਈਟਰ 'ਚ ਨਹੀਂ ਪਾਇਆ ਹੈਗਾ। ਅੱਛਾ ਜੀ। ਤੇ ਬਹੁਤ ਬੜਾਪਨ ਦੀ ਗੱਲ ਆ ਹਨਾ ਜੀ। ਨਹੀਂ ਕੋਈ ਵੀ ਬੰਦਾ ਕਿਸੇ ਮਕਾਮ ਤੇ ਹੋਵੇ, ਅੱਜ ਕੱਲ ਦੋ ਗੀਤ ਕੋਈ ਰਾਈਟਰ ਵੇਚ ਕੇ ਹੈ ਨਾ ਜਿਹਦਾ ਗਾਣਾ ਚੱਲ ਜਾਂਦਾ ਉਹ ਐਂ ਕਹਿਣ ਲੱਗ ਜਾਂਦਾ, ਉਹ ਜੇ ਕੋਈ ਗਾਣਾ ਹੋਰ ਗਾ ਤਾਂ ਉਹ ਵੀ ਐਂ ਲੱਗ ਜਾਂਦਾ ਕਹਿਣ ਵੀ ਇਹ ਯਾਰ ਮੇਰੀ ਲਾਈਨ ਚੱਕ ਲਈ ਹੈ ਨਾ ਜੀ। ਤੇ ਉਹ ਬੰਦੇ ਨੇ ਕਹਿੰਦਾ ਕੋਈ ਚੱਕਰ ਨਹੀਂ ਯਾਰ, ਜਿਹਨੇ ਲਿਖਿਆ ਉਹਦਾ ਨਾਂ ਪੈਣਾ ਚਾਹੀਦਾ। ਬਾਈ ਕਿਹੜਾ ਸਿੱਧੂ ਬਾਈ ਵਾਲਾ ਪਾਰਟ ਆ ਉਹਦਾ ਉਹਨਾਂ ਨੇ ਆਪ ਹੀ ਲਿਖਿਆ ਹੈ ਨਾ? ਹਾਂਜੀ ਹਾਂਜੀ। ਤੇ ਕਿਹੜਾ ਸੋਡੇ ਵਾਲਾ ਉਹ ਕਿਹਨਾਂ ਨੇ ਲਿਖਿਆ, ਬਾਈ ਦਾ ਨਾਮ ਕੀ ਆ? ਉਹ ਬਾਈ ਮੁੰਡਾ ਅਮਰੀਕਾ ਰਹਿੰਦਾ ਜੀ, ਨਵ ਤੋਥੜ। ਅੱਛਾ ਜੀ। ਹਾਂਜੀ ਉਹ ਮੁੰਡੇ ਨਾਲ ਸਾਡਾ ਇੱਕ ਫਰੈਂਡ ਆ ਜੀ ਕਾਮਨ, ਉਹਦੇ ਨਾਲ ਗੱਲ ਹੋਈ ਸੀ ਮਤਲਬ ਇਹ ਲੋਕਡਾਊਨ ਤੋਂ ਵੀ ਪਹਿਲਾਂ ਦੀ ਗੱਲ ਆ। ਤੇ ਰਾਇਤ ਸਾਡੀ ਲੋਕਡਾਊਨ ਤੋਂ ਪਹਿਲਾਂ ਦੀ ਚੱਲੀ ਜਾਂਦੀ ਸੀ। ਹਾਂ ਉਹੀ ਪੁੱਛ ਰਹੇ ਸੀ ਕਿ ਕਦੋਂ ਲੋਕਡਾਊਨ ਹੋਇਆ ਉਦੋਂ ਵੀ ਕਾਫੀ ਦੇਖਿਆ ਤੁਸੀਂ ਜਾਨ ਕੇ ਮੂਸੇ ਜਾਂਦੇ ਸੀ ਹੈ ਨਾ, ਕਿਹੜੇ ਬੈਠੇ ਹੋ ਫੋਟੋਆਂ ਦੇ ਵਿੱਚ ਆਪਣੇ ਦੇਖਿਆ ਕਿ ਕਾਫੀ ਸਮਾਂ ਲੱਗ ਗਿਆ ਇਸ ਗੀਤ ਨੂੰ। ਹਾਂ ਬਾਈ ਚੱਕਰ ਐ ਹੁੰਦਾ ਬਾਈ ਵੀ ਜਦੋਂ ਕਿਉਂਕਿ ਬਾਈ ਨਾ ਬਾਈ ਬਹੁਤ ਸੋਚਦੇ ਆ ਕੋਈ ਵੀ ਗਾਣਾ ਕਰਨਾ ਵੀ ਯਾਰ ਹਾਂ ਵੀ ਜੇ ਕੋਈ ਚੀਜ਼ ਲੋਕਾਂ ਨੂੰ ਦੇ ਰਹੇ ਆ ਤਾਂ ਉਹ ਵਧੀਆ ਹੀ ਹੋਵੇ ਵੀ ਹਰੇਕ ਪੱਖ ਤੋਂ ਹਨਾ। ਵੀ ਜੇ ਕੋਈ ਲੈਣ ਗਲਤ ਹੋਈ ਗਾਣੇ ਜਿੱਦਾਂ ਵੀ ਇਹ ਲੈਣ ਕੱਟ ਦੋ ਯਾਰ ਨਹੀਂ, ਪਰ ਫਿਰ ਵੀ ਲੋਕ ਬਾਈ ਪਤਾ ਨਹੀਂ ਕਿਵੇਂ ਨਾ ਕਿਵੇਂ ਕਹਿੰਦੇ ਹੁੰਦੇ ਨਾ ਜਦੋਂ ਕੋਈ ਬੰਦਾ ਬਾਈ ਆਪਾਂ ਨੂੰ ਵੀ ਜਿਹੜਾ ਬੰਦਾ ਆਪਾਂ ਨੂੰ ਨੈਗੇਟਿਵ ਲੱਗਣ ਲੱਗ ਜੇ ਨਾ ਤਾਂ ਫਿਰ ਉਹਦੀਆਂ ਚੰਗੀਆਂ ਚੀਜ਼ਾਂ ਘੱਟ ਅਬਜ਼ਰਵ ਕਰਦੇ ਆ ਲੋਕ, ਉਹਦੀਆਂ ਖਾਮੀਆਂ ਜ਼ਿਆਦਾ ਕੱਢਦੇ ਆ ਲੋਕ ਵੀ ਚਾਹੇ ਉਹ ਤੁਹਾਡੇ ਕੱਪੜੇ ਪਾਉਣ ਦੀ ਹੋਵੇ ਚਾਹੇ ਉਹ ਤੁਹਾਡੇ ਬੋਲਣ ਦੀ ਹੋਵੇ। ਬਾਈ ਉਹੀ ਗੱਲ ਹੈ ਕਿਵੇਂ ਬਾਈ ਦਾ ਸੰਜੇ ਦੱਤ ਵਾਲਾ ਗੀਤ ਆਇਆ ਹੈ ਨਾ। ਹਾਂਜੀ ਬਾਈ। ਆਪੇ ਤਾਂ ਕੁਝ ਲੋਕ ਬੈਠ ਕੇ ਗਿਆਨੀ ਬਣਦੇ ਨੇ, ਕਹਿੰਦੇ ਨੇ ਕਿ ਜੀ ਜੋ ਸੰਜੇ ਦੱਤ ਦੇ ਉੱਪਰ ਕਿਵੇਂ ਕੇਸ ਤੇ ਉਸੇ ਤਰ੍ਹਾਂ ਇਹਨੂੰ ਉਵੇਂ ਅੰਦਰ ਭੇਜਿਆ ਜਾਵੇ। ਜਦੋਂ ਉਸ ਬੰਦੇ ਨੇ ਗਾਣਾ ਕਰਤਾ ਫਿਰ ਕਹਿਣ ਲੱਗੇ ਲੈ ਜੀ ਇਹ ਸੰਜੇ ਦੱਤ ਨਾਲ ਸੰਜੇ ਦੱਤ ਕਿਵੇਂ ਬਣ ਸਕਦਾ। ਇਹ ਲੋਕਾਂ ਦੀ ਸੋਚ ਪਤਾ ਨਹੀਂ ਕਹੀ ਦੀ ਹੈ। ਉਹ ਬਾਈ ਲੋਕਾਂ ਦਾ ਨਾ ਜੀ ਸਿਸਟਮ ਕੀ ਆ ਲੋਕਾਂ ਦਾ, ਹੁਣ ਚੱਕਰ ਕੀ ਆ ਵੀ ਯਾਰ ਐਡੇ ਛੋਟੇ ਘਰ ਦਾ ਬੰਦਾ ਐਡੇ ਮਕਾਮ ਤੇ ਕਿਉਂ ਵਗ ਗਿਆ, ਇਹਨੂੰ ਇਹਦੀਆਂ ਲੱਤਾਂ ਖਿੱਚੀ ਇਹਨੂੰ ਡੇਗਿਆ ਜਾਵੇ ਕਿਸੇ ਨਾ ਕਿਸੇ ਹਿਸਾਬ ਨਾਲ। ਉਹ ਚਾਹੇ ਸੰਜੂ ਵਾਲੇ ਗਾਣੇ ਦਾ ਲਾ ਲਓ ਵੀ ਯਾਰ ਸੰਜੂ ਗਾਣਾ ਕਿਉਂ ਕਰਤਾ ਸਿੱਧੂ ਨੇ ਵੀ ਯਾਰ ਬਾਈ ਉਹ ਬੰਦੇ ਨੂੰ ਯਾਰ ਗੱਲ ਆਉੜੀ, ਉਹ ਬੰਦੇ ਨੂੰ ਦਿਮਾਗ 'ਚ ਗੱਲ ਆਈ, ਉਹਨੇ ਗਾਣਾ ਲਿਖਿਆ। ਯਾਰ ਤੁਹਾਨੂੰ ਕੀ ਪ੍ਰੋਬਲਮ ਆ, ਤੁਸੀਂ ਸੁਣਨਾ ਸੁਣ ਲਓ, ਨਹੀਂ ਸੁਣਨਾ ਨਾ ਸੁਣੋ ਯਾਰ। ਤੇ ਗੁਲਾਬ ਭਾਈ ਤੁਸੀਂ ਨਾਲ ਬਹੁਤ ਰਹਿੰਦੇ ਬਾਈ ਦੇ, ਬਾਈ ਕਿੰਨਾ ਕੁ ਟਾਈਮ ਲੈਂਦਾ ਇੱਕ ਗਾਣਾ ਲਿਖਣ ਨੂੰ? ਬਾਈ ਇਹ ਤਾਂ ਹੁਣ ਬਾਈ ਨੂੰ ਹੀ ਪਤਾ ਜੀ। ਚੱਕਰ ਕੀ ਹੈ ਜੀ ਅਸੀਂ ਨਾ ਜ਼ਿਆਦਾ ਬਾਈ ਨਾਲ ਮੈਂ ਕਦੇ ਤਾਂ ਮੈਂ ਵਾਲੀਬਾਲ ਖੇਡਣ ਚੱਲ ਜਾਣਾ ਜੀ ਬਾਈ ਕੋਲੇ, ਤੇ ਕਦੇ ਬਾਈ ਨੂੰ ਕਿਉਂਕਿ ਨਾ ਬਾਈ ਨੂੰ ਟੈਨਸ਼ਨਾਂ ਬਹੁਤ ਰਹਿੰਦੀਆਂ ਜੀ, ਪਤਾ ਹੀ ਨਹੀਂ ਲੱਗਦਾ। ਜਿਵੇਂ ਇੱਕ ਦੜਬੇ ਵਾਲੇ ਸ਼ੋਅ ਤੇ ਵੀ ਕਿਹਾ ਸੀ ਬਾਈ ਨੇ, ਕਹਿੰਦਾ ਵੀ ਬੰਦਾ 2.5-3 ਕਿਲੋਮੀਟਰ ਤੋਂ ਆਪ ਹੀ ਆ ਕੇ ਵੱਜਦਾ, ਉਹਦਾ ਬਾਈ ਆਪ ਬੈਠੇ ਹੁੰਦੇ ਆ। ਕਈ ਵਾਰ ਤਾਂ ਬਾਈ ਨੂੰ ਵੀ ਨਹੀਂ ਪਤਾ ਲੱਗਦਾ ਹੁੰਦਾ ਵੀ ਯਾਰ ਪਰਚਾ ਹੋ ਗਿਆ ਯਾਰ ਆਹ ਕਾਹਦਾ ਪਰਚਾ ਕਰਾਤਾ ਯਾਰ ਲੋਕਾਂ ਨੇ। ਵੀ ਬਾਈ ਰਾਤ ਨੂੰ ਜਾਂ पता नहीं बाई दे जदों आ गया दिमाग च तां इह नहीं पता बाई बैठा बैठा लिखदे चार गाने। अच्छा जी बाई किवें इन्ने परचा एक नहीं मान आउंदा है ना, पर बाई तकड़ा भी इन्ने परचे होण दे बावजूद कोई टेंशन नहीं बंदे नूं है ना, जां इदां कह लो कि सच्चा उहनूं पता कि कुछ नहीं बिगड़ना। बाई बाई ना एक गल कहंदा हुंदा वी, कहंदा किसे दे मारिया बंदा नहीं मरदा हुंदा ते वाहिगुरू ना मारे कदे, है ना जी। ओहदी निगाह सीधी है बाई बाबे नानक दी, परमात्मा नाल आ बाई बाई दे, वाहिगुरू दी इन्नी क कृपा भी वाहिगुरू नहीं डिगण दिंदा बाई। ते गुलाब बाई किवें सिद्धू बाई दा कोई भी गीत देख लो है ना, विरोधियां दे उपर निशाना जरूर साधा जांदा, मतलब है ना जवाब जरूर मिलदा। इह किहड़ा बाई बाई गीत आ रहा तुहाडा इकट्ठा, इहदे च भी रगड़ोगे विरोधियां नूं? ताही ओरिजिनल वन लिखिया बाई, सुन के वध स्वाद आऊ बाई। ਤੇ ਹੁਣ ਆਪਦੇ ਮੂੰਹ ਮਿੱਠਾ ਜਿਹਾ ਬਣਦਾ ਵੀ ਆਪਦੇ ਮੂੰਹ ਬੜਾਈ ਕਰਨ ਦਾ ਤਾਂ ਕੋਈ ਉਹ ਹੈ ਨਹੀਂ, ਤੁਕ ਇੱਕ ਗਾਣਾ ਸੁਣ ਕੇ ਹੀ ਪਤਾ ਲੱਗੂ ਗਾਣਾ ਬਹੁਤ ਘੈਂਟ ਬਣਿਆ ਬਾਈ। ਬਾਈ ਨੇ ਬਾਈ ਵਾਲੇ ਟੱਪੇ ਤਾਂ ਤੁਸੀਂ ਸੁਣੋਗੇ, ਬਾਈ ਨੇ ਤਾਂ ਚਿੱਬੇ ਕੱਢਤੇ ਬਾਈ। ਤੇ ਬਾਈ ਕਦੋਂ ਕਿਹੜਾ ਤੁਹਾਡਾ ਮੁੰਡਾ ਰਾਈਟਰ ਹੈ, ਕਿਹੜੇ ਨੇ ਇਹ ਲਿਖਿਆ, ਕਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਐਦਾਂ ਦਾ ਪ੍ਰੋਜੈਕਟ ਬਣ ਰਿਹਾ ਵੀ ਸਿੱਧੂ ਬਾਈ ਉਹਨਾਂ ਨਾਲ ਉਹ ਐਦਾਂ ਹੋ ਰਹੀ ਗੱਲਬਾਤ, ਕਿ ਫੀਲਿੰਗ ਕਿਵੇਂ ਦੀ ਬਾਈ ਦੀ? ਬਾਈ ਉਹ ਬੰਦਾ ਇੰਨਾ ਕੁ ਖੁਸ਼ ਹੋਇਆ ਨਾ, ਉਹ ਬੰਦੇ ਦੀ ਮੇਰੇ ਕੋਲੇ ਬਾਰਡਿੰਗ ਇਹ ਸੀਗੀ, ਕਹਿੰਦਾ ਯਾਰ ਬਾਈ ਵੀ मेरे लिए तो बड़ा कुछ नहीं हो सकता भी, जिंदगी च मेरा पहला ही गाना आ रहा ते मेरा पहला गाना बाई सिद्धू मूसे वाले नाल आ रहा। अच्छा ते वो बंदा इन्ना का खुश सीगा भी चाह नहीं सी चक्किया दा वो बंदे तो बाई। वो बंदा मेरा थैंक यू करिया, मैं कहा यार डार्लिंग मेरा कादा थैंक यू है, तो थैंक यू परमात्मा दा कर, ओने तैनू मेरे नाल मिलाया। मैं कहा बाई नू मिलिया सीगा, बाई हुणा ने सोचा जे बाई ना कहंदे भी गाना नहीं करना तो फिर कदे भी नहीं सी होना है। ते बाई किवें तुसीं ने सोनू भेजिया राइटर ने गाना, तुसीं बाई होरां नूं दिखाया, इदां भी होया कि बाई ने कहा नहीं यार दोबारा थोड़ा चेंज करवाया तां होया? नहीं बाई। अच्छा जी बाई हुणा ने टप्पे 4 लिखे हुए सी इहदे बाई। एक टप्पा बाई हुणे कहंदे भी आपां 3-3 ही रखांगे, भी ऐ नहीं रखदे भी 4 तेरे 3 मेरे, कहंदे भी 3-3 रखांगे भी नाल दा गाना वज जू, ਐ ਕਲੀ ਵੀ 3-3 ਗੁਲਾਬ ਦੇ 3 ਸਿੱਧੂ ਦੇ, ਕਹਿੰਦੇ ਵੀ ਸਵਾਦ ਆਊ। ਬਾਕੀ ਬਾਈ ਹੁਣਾਂ ਨੇ भाई कहते यार भी तेरे वाला भी सही है, तू मेरे वाला भी देखी मेरा। अच्छा। भाई ने बहुत चब्बल गया भाई गाना। ते भाई किवें अपना देखने भाई दे पहले वाले गीत है ना, वीडियो ते बहुत घट पैसा खर्चदा भाई है ना, क्योंकि पिंड च बनाती जा इधर उधर बनाती गा गोल बनाती है ना। ते एदा किहड़ा वीडियो भी लगदा भी बड़े बजट दा वीडियो है, की कर सी ए भाई जिहड़ी टीम है ना भाई, ते भाई सिद्धू भाई है ना बहुत सोचते है ये चीज़ों बारे भी। उन्होंने कहा यार मैनूं उन्होंने पहले दिन ये गल कहती सी गुलाब जदों भी गाना करांगे ना तेरा तब वड्डा ही करांगे, वधी ही करांगे। अच्छा जी ताइयों फिर बाई हुणां ने ट्रू मेकर भी अपनी टीम ही आ बाई हुणां दी, ते बाई कैड हो गया विच, कविंदर बाई हो गया, ते बाई बंटी वैंस, सारी आपदी टीम आ बाई हुणां ने करके रह बाई हुणां बाई मैं तां धन्नवाद ही आ बाई दा, सिद्धू दा, सारी टीम दा भी मेरे अर्गे बंदे ते भरोसा कीता। अच्छा गुलाब सिद्धू दी फीलिंग कही जाए इस समय, क्यों टीजर अज शाम नूं पैन वाला बाई ने स्टोरी पाई आ, ते गीत थोड़े तो पुछांगे कि जे तुसीं दसोगे भी कदों रिलीज होगा, ते कही जी फीलिंग? फीलिंग बाई बहुत खुशी है। गाने बाई होरां नाल आ रहे ने? हाँ जी बाई हुणे ਕਹਿੰਦੇ ਸੀ ਵੀ ਐਲਬਮ ਕਰਨੀ ਆਪਾਂ, ਹੋਈ ਵੀ ਹਾਂ ਫੁੱਲ ਐਲਬਮ ਹੋਈ ਵੀ ਪਈ ਆ, ਬਾਕੀ ਹੁਣ ਜਿਵੇਂ ਬਾਈ ਹੁਣਾਂ ਦਾ ਹੁਕਮ ਹੋਊਗਾ ਆਪਾਂ ਦਾ ਬਾਈ ਹੁਣਾਂ ਦੇ ਕਹਿਣੇ ਕਰਨੇ ਤੇ ਚੱਲ ਰਹੇ ਆ ਜੀ। ਅੱਛਾ ਵੀ ਕਾਫੀ ਗਾਣੇ ਕਰੇ ਪਏ ਆ? ਹਾਂਜੀ ਬਾਈ ਵੀ ਲੋਕਡਾਊਨ ਪੂਰਾ ਐਂ ਕੱਢਿਆ ਤੁਸੀਂ ਕਰ ਕਰਕੇ? ਹਾਂ ਬਾਈ ਕਿਉਂ ਬਾਈ ਮੈਂ ਨਾ ਥੋੜਾ ਜਿਹਾ ਮੈਂ ਟੈਨਸ਼ਨ ਵਾਲੀ ਲੈ ਜਾਂਦਾ ਬਾਈ, ਕੋਈ ਵੀ ਚੀਜ਼ ਹੋਵੇ ਜਾਂ ਕੋਈ ਵੀ ਕੰਮ ਹੋਵੇ ਮੈਂ ਉਹਦੀ ਟੈਨਸ਼ਨ ਵਾਲੀ ਲੈ ਜਾਂਦਾ, ਮੈਂ ਨੈਗੇਟਿਵ ਹੋ ਜਾਂਦਾ ਬਾਈ। ਤੇ ਉਹ ਫਿਰ ਮੈਨੂੰ ਬਾਈ ਹੁਣੇ ਸੱਦ ਲੈਂਦੇ ਹੁੰਦੇ ਵੀ ਆ ਜਾ ਯਾਰ ਐਵੇਂ ਟੈਨਸ਼ਨ ਲਈ ਜਾਂਦਾ, ਜਦੋਂ ਤੈਨੂੰ 10 ਵਾਰਾਂ ਕਹਿਤਾ ਵੀ ਅਸੀਂ ਤੇਰੇ ਨਾਲ ਆ ਤੇ ਤੂੰ ਫੇਰ ਟੈਨਸ਼ਨ ਲਈ ਜਾਂਦਾ, ਤੇ ਫਿਰ ਉੱਥੇ ਹੀ ਗਾਣਾ ਬਣ ਜਾਂਦਾ ਸੀ ਬਾਈ, ਇੱਕ ਅੱਧਾ ਗਾਣਾ ਬਣਾ ਲੈਂਦੇ ਸੀ। ਤੇ ਬਾਈ ਕਹਿ ਦੱਸੋ ਕਿ ਇਹ ਕਿਹੜਾ ਹੁਣ ਤੁਸੀਂ ਇਹਨੂੰ ਟਾਲੇ ਨਾ ਗੱਲ ਨੂੰ ਥੋੜਾ ਜਿਹਾ ਤਾਂ ਹਿੱਟ ਦਾ ਦੇ ਦਿਓ ਸਰੋਤ ਨੂੰ ਹੈ ਨਾ, ਵੀ ਕਦੋਂ ਫੁੱਲ ਗੀਤ ਕਦੋਂ ਕਰੋਗੇ? ਫੁੱਲ ਗੀਤ ਬਾਈ ਮੈਂ ਤੁਹਾਨੂੰ ਸਹੀ ਦੱਸਦਾ ਮੈਂ ਟਾਲਦਾ ਨਹੀਂ ਹੈਗਾ ਵੀ, ਬਾਈ ਹੁਣਾਂ ਨੂੰ ਹੀ ਪਤਾ ਬਾਈ, क्योंकि बाई हुणे कर रहे हैं सारे, तो मैं तुहानू पहलां भी दस्सिया भी मेरी आदत नहीं हैगी बाई भी मैं किसी बंदे नू मूरले नू किसी काम करन वाले बंदे नू मैं तंग करां भी यार बाई दस कदों गाना आऊगा, बाई ने जदों पाउणा बाई पाए देना। बाकी ते बाई इहदी किहड़ी वीडियो करी आ तुसीं ने, इहदी कित्थे करी बाई शूट? ਇਹ ਬਾਈ ਬਾਗੜੀਆਂ ਕੀਤੀ ਹੈ ਜੀ ਅਸੀਂ। ਅੱਛਾ ਜੀ ਟਰੂ ਮੇਕਰ ਨੇ ਬਾਈ ਦਲਸ਼ੇਰ ਉਹਨਾਂ ਨੇ ਵੀਡੀਓ ਕੀਤਾ ਜੀ ਇਹਦਾ। ਅੱਛਾ ਜੀ ਤੇ ਬਾਗੜੀਆਂ ਕੀਤੀ ਸੀਗੀ ਜੀ ਵੀਡੀਓ ਇਹਦਾ, ਤੇ ਇੱਕ ਬਾਗੜੀਆਂ ਤੋਂ ਪਰਾਂ ਲੋਕੇਸ਼ਨ ਸੀਗੀ। ਅੱਛਾ ਜੀ ਹਾਂਜੀ 2 ਥਾਵੇਂ ਕੀਤੀ ਹੈ ਜੀ ਵੀਡੀਓ। ਇਹ ਭਾਜੀ ਕਿੰਨੇ ਦਿਨਾਂ ਸ਼ੂਟ ਹੋਈ ਵੀਡੀਓ ਇਹ? ਇਹ ਸਾਡਾ ਜੀ ਲੱਗੇ 2 ਦਿਨ ਜੀ। अच्छा जी, दो ढाई दिन ही मानो जी, एक रात तो 12-1 बज गया जी। अच्छा जी, हाँ जी बाई। तो बाई उरो तो किमें तुसीं कहा भी वालीबाल खेडना मूसे बाई ने स्पैशल उरो? हाँ बाई वो चक्कर की हुंदा ना, बाई कोले जाके ना एनर्जी बहुत मिलती है, एक पॉजिटिविटी बहुत आउंदी है। जदों कोई तुहानूं ऐ लगदा ना भी यार हाँ भी ਤੁਹਾਨੂੰ ਦੁਨੀਆ ਤੇ ਤੁਹਾਨੂੰ ਐ ਲੱਗਦਾ ਵੀ ਯਾਰ ਵੀ ਮੇਰਾ ਕੰਮ ਨਹੀਂ ਐ ਹੋ ਰਿਹਾ ਜਾਂ ਵੀ ਆਪਦੇ ਆਪ ਨੂੰ ਬੰਦਾ ਐ ਜੇ ਲੱਗਣ ਲੱਗ ਜਾਂਦਾ ਹਨਾ, ਉਦੋਂ ਮੈਂ ਬਾਈ ਕੋਲੇ ਮੈਂ ਇਕੱਲਾ ਨਹੀਂ, ਮੈਂ ਬਹੁਤ ਬੰਦਿਆਂ ਦੇ ਮੂੰਹੋਂ ਸੁਣਿਆ ਬਾਈ ਦਾ ਨਾ, ਵਾਹਿਗੁਰੂ ਦੀ ਇੰਨੀ ਕਿਰਪਾ ਬਾਈ ਦੇ ਉੱਤੇ ਵੀ ਬਾਈ ਕੋਲੇ ਜਾ ਕੇ ਨਾ ਤੁਹਾਨੂੰ ਐ ਲੱਗਣ ਲੱਗ ਜਾਂਦਾ ਸਿੱਧੂ ਬਾਈ ਕੋਲੇ ਜਾ ਕੇ ਵੀ ਯਾਰ ਕੁਛ ਵੀ ਨਹੀਂ ਯਾਰ ਜ਼ਿੰਦਗੀ ਤਾਂ ਜਿੱਤ ਲਾਂਗੇ ਮਿੰਟ 'ਚ ਐ ਲੱਗਣ ਲੱਗ ਜਾਂਦਾ ਬਾਈ। ਬਾਈ ਉਹ ਤਾਂ ਉਹੀ ਗੱਲ ਹੋ ਗਈ ਕਿ ਮੈਂ ਕਹਿੰਦੇ ਨੇ ਵੀ ਸਿੱਧੂ ਬਾਈ ਦੇ ਗਾਣੇ ਬੂਸਟ ਕਰਦੇ ਨੇ ਹਨਾ, ਕਿ ਅਸਲੀ ਜ਼ਿੰਦਗੀ 'ਚ ਵੀ ਉਦਾਂ ਨਹੀਂ। ਹਾਂ ਬਾਈ ਬਹੁਤ ਬੂਸਟ ਕਰਦੇ ਆ ਬਾਈ ਨੂੰ ਗੱਲਾਂ ਨਾਲ ਵੀ, ਬਾਈ ਬਹੁਤ ਜ਼ਿਆਦਾ ਬੰਦੇ ਨੂੰ ਡੋਲਣ ਨਹੀਂ ਦਿੰਦਾ ਹੈਗਾ ਬਾਈ ਵੀ ਯਾਰ ਕੋਈ ਟੈਨਸ਼ਨ ਰਹਿ ਜੋ ਦਿਮਾਗ ਤੇ। ਬਾਈ ਇੱਕ ਹੋਰ ਇਧਰੋਂ ਅਸੀਂ ਬਾਈ ਢਿੱਲੇ ਜਿਹੇ ਮੂੰਹ ਲੈ ਕੇ ਜਾਂਦੇ ਹੁੰਦੇ ਆ ਗੱਡੀ 'ਚ, ਉਧਰੋਂ ਆਈ ਕੁੱਕਾ ਮਾਰਦੀ ਹੋਣੇ ਹੁੰਦੇ ਆ ਵੀ ਕੋਈ ਚੱਕਰ ਨਹੀਂ। ਅਸੀਂ ਦੇਖਦੇ ਨੇ ਬਾਈ ਸਟੋਰੀਆਂ ਪਾਉਂਦੇ ਹਾਂ। ਹਾਂ ਬਾਈ ਰਾਤ ਨੂੰ ਇਧਰੋਂ ਜਾਂਦਿਆਂ ਦੀ ਸਾਡੀ ਕੋਈ ਸਟੋਰੀ ਨਹੀਂ ਹੁੰਦੀ, ਆਉਂਦਿਆਂ ਦੀ ਸਾਡੀਆਂ 10-10 15 ਹੁੰਦੀਆਂ। ਤੇ ਗੁਲਾਬ ਬਾਈ ਇੱਕ ਗੱਲ ਹੋਰ ਦੇਖੀ ਮੈਂ, ਸਿੱਧੂ ਬਾਈ ਦੇ ਘਰ ਦੇ ਮੂਹਰੇ ਵੀ ਜਾਣੀ ਕਿ ਨਾ ਡਾਕਟਰ ਦੀ ਦੁਕਾਨ, ਉਹਨਾਂ ਦੇ ਘਰ ਦੇ ਵਿੱਚ ਹੀ। ਹਾਂਜੀ ਤੁਹਾਡੇ ਵੀ ਡਾਕਟਰ ਦੀ ਦੁਕਾਨ ਆ, ਇਹ ਸਹਿਯੋਗ ਕਿਵੇਂ ਨੇ? ਇਹ ਬਾਈ ਉਹਨਾਂ ਦੇ ਉੱਥੇ ਨਾ ਦੁਕਾਨ ਬਾਰ ਚ ਕੱਢੀ ਹੋਈ ਸੀ ਤੇ ਉੱਥੇ ਡਾਕਟਰ ਬਹਿੰਦੇ ਹੁੰਦੇ ਸੀਗੇ ਬਾਈ ਉਹਨਾਂ ਨੇ ਦੱਸਿਆ ਜੀ ਇੱਕ ਦਿਨ। ਤੇ ਮੇਰੇ ਫਾਦਰ ਸਾਹਿਬ ਡਾਕਟਰ ਆ ਬਾਈ। ਅੱਛਾ ਤੁਹਾਡੇ ਫਾਦਰ ਸਾਹਿਬ? ਹਾਂਜੀ ਬਾਈ। ਅੱਛਾ ਤਾਂ ਫਿਰ ਬਾਈ ਹੁਣ ਤੁਸੀਂ ਫਿਰ ਜਾਂਦੇ ਆਪਣਾ ਪਾਰਲੇ ਜੀ ਦੀਆਂ 2 ਲੈਣਾ ਵੀ ਹੋ ਜਾਣ ਵੀਰੇ? ਹਾਂ ਜੀ ਪਾਰਲੇ ਜੀ ਦੀਆਂ। ਹਾਂਜੀ ਬਾਈ। ਹਾਂ ਆ ਮਾੜਾ ਹੁੰਦਾ ਘਰ ਚ ਕਲੇਸ਼ ਡੇਲੀ ਦਾ, स्पीकर ते फोन लाई दा नी सैली दा, और डरिए खुदा तो तेनू ना थुकीए, लभ लैंदी मौत भावें किते लुकीए, सौ लगे रातां नू नी सौंदे बल्लिया, हो सौ लगे रातां नू नी सौंदे बल्लिया, ਉਹ ਜਿੰਨਾ ਹੁੰਦਾ ਬਣਨਾ ਸਟਾਰ ਕੱਲ ਦੇ, ਆਉ ਟਾਈਡ ਨਾਲ ਇੱਜ਼ਤਾਂ ਦੇ ਦਾਗ ਲੈਂਦੇ ਨਾ, ਆਉ ਭਾਰਲੇ ਜੀ ਖਾ ਕੇ ਨਹੀਂ ਦਿਮਾਗ ਚੱਲਦੇ। ਹੋ ਕੀ ਬਾਤ ਆ ਬਈ, ਕੀ ਬਾਤ ਆ ਸਿਰਾ ਵੀਰੇ। ਤੇ ਗੁਲਾਬ ਭਾਈ ਜਾਂਦੇ ਇੱਕ ਲਾਸਟ ਸਵਾਲ ਆ, ਤੇ ਅੱਜ ਕੱਲ ਮੁਹਾਲੀ ਹੁੰਨੇ ਹੋ ਜਾਂ ਪਿੰਡ ਹੁੰਨੇ ਹੋ? ਆਪਾਂ ਬਾਈ ਪਿੰਡੇ ਹੁੰਨੇ ਜੀ, ਪੱਕਾ ਡੇਰਾ 88 ਸੈਕਟਰ 88 ਛੱਡਤਾ ਜੀ ਆਪਾਂ। ਕੀ ਗੱਲ ਬਾਈ? ਬਾਈ ਉਦਾਂ ਹੀ ਬਾਈ ਥੋੜਾ ਜਿਹਾ ਚਿੱਤ ਜਿਹਾ ਲੱਗਣੋਂ ਹਟ ਗਈ ਇੱਕ ਬਾਈ ਤੇ ਬਾਈ ਉਹਨਾਂ ਨਾਲ ਹੁਣ, ਕਿਉਂਕਿ ਬਾਈ ਉਹਨਾਂ ਨਾਲ ਸਾਈਨ ਆਪਾਂ ਸਿੱਧੂ ਬਾਈ ਉਹਨਾਂ ਨਾਲ, ਬਾਈ ਕਹਿੰਦੇ ਵੀ ਇੱਥੇ ਚੱਕ ਲਿਆ ਉਹ ਸਮਾਨ ਸਾਰਾ, ਨਾਲੇ ਤਾਂ ਪਿੰਡ ਰਹਿ ਕੇ ਬਾਈ ਫੈਮਿਲੀ 'ਚ ਰਹਿ ਕੇ ਬੰਦੇ ਦਾ ਦਿਮਾਗ ਥੋੜਾ ਜਿਹਾ ਬਾਈ ਇੱਕ ਖੁੱਲ ਜਾਂਦਾ। ਇਹਨਾਂ ਨੇ ਕੀ ਫਿਲਮ ਸਿਟੀ ਬਣਾ ਰੱਖਿਆ ਲੋਕਾਂ ਨੇ 88 ਸੈਕਟਰ, ਕਾਰਨ ਕੀ ਆ ਕਿਉਂ ਭੱਜਦੇ ਨੇ ਨਵੇਂ ਜਿਹੇ ਮੁੰਡੇ ਵਾਲੇ ਭੱਜਦੇ ਨੇ 88 ਸੈਕਟਰ ਨੂੰ, ਚੱਕਰ ਕੀ ਆ? ਚੱਕਰ ਕੋਈ ਨਹੀਂ ਬਾਈ, ਐ ਜੀ ਹੋ ਜਾਂਦਾ ਵੀ ਯਾਰ ਵੀ ਮਹਾਲੀ ਰਹਿੰਦਾ ਯਾਰ ਸਿੰਗਰ, ਖਾਸ ਕਰ ਮਹਾਲੀ 88 ਸੈਕਟਰ। ਮੈਂ ਦੇਖਿਆ ਸਨੈਪਾਂ ਪਾਈਆਂ ਹੋਈਆਂ ਜੀ, ਪਿੱਛੇ ਉਹ ਬਿਲਡਿੰਗ ਜੀ ਦਿਖਦੇ ਹੁੰਦਾ ਹਸਪਤਾਲ ਜਾ। ਹਾਂ ਉਹ ਸਾਡਾ ਇੱਕ ਫਰੈਂਡ ਹੋ ਗਿਆ ਸਮੁੰਦਰੀ ਜਹਾਜ਼ 88 ਨੂੰ, ਉਹ ਬਾਈ ਉਦਾਂ ਹੀ ਨਾ ਜੀ ਉੱਥੇ ਇੱਕ ਤਾਂ ਉਹ ਮਹਾਲੀ ਤੋਂ ਬਾਹਰ ਆ ਗਿਆ ਸੀਗਾ 88 ਉਦੋਂ ਬਾਈ ਸਾਰੇ ਹੀ ਉੱਥੇ ਸ਼ਿਫਟ ਹੋ ਗਏ ਸੀ। ਹੁਣ ਬਾਈ ਹੁਣ ਫੇਰ ਸਾਰੇ ਸਿੰਗਰ ਕੋਈ ਕਿਤੇ ਰਹਿਣ ਲੱਗ ਗਿਆ, ਹੁਣ ਮਤਲਬ ਸਾਰੇ ਸਿੰਗਰ ਹੀ ਚੱਲ ਗਏ ਬਾਈ ਉੱਥੋਂ। ਅੱਛਾ ਜੀ। ਹਾਂ ਜੀ ਮੈਂ ਵੀ ਪਿੰਡ ਆ ਗਿਆ ਤੇ ਹੋਰ ਜਿਹੜੇ ਮੇਰੇ ਵੀਰ ਭਰਾ ਸਿੰਗਰ ਆ ਉਹ ਵੀ ਸਾਰੇ ਉੱਥੋਂ ਚੱਲ ਗਏ, ਤੇ ਹੁਣ ਤਾਂ ਮਤਲਬ 1-2 ਸਿੰਗਰ ਹੀ ਰਹਿ ਗਏ ਬਾਈ ਉੱਥੇ। ਤਾਂ ਗੁਲਾਬ ਬਾਈ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ। ਥੈਂਕ ਯੂ ਬਾਈ, ਥੈਂਕ ਯੂ। ਮੈਂ ਦਿਲੋਂ ਕਹਿ ਰਿਹਾ ਕਿ ਮੈਂ ਕਾਫੀ ਇੰਟਰਵਿਊ ਕਰ ਲਏ ਪਰ ਮੈਨੂੰ ਸਭ ਨਾਲੋਂ ਵਧੀਆ ਜਾਣੀ ਕਿ ਲੱਗਿਆ ਤੁਹਾਡੇ ਨਾਲ ਜਿੰਨੇ ਵੀ ਇੰਟਰਵਿਊ ਕਰੇ ਨੇ, ਸਵਾਦ ਆਇਆ ਗੱਲਬਾਤ ਕਰਕੇ ਤੇ ਥੋੜਾ ਨੇਚਰ ਵੀ ਇੰਨਾ ਕੁ ਵਧੀਆ ਲੱਗਿਆ ਵੀਰੇ ਹੈ ਨਾ। ਥੈਂਕ ਯੂ ਬਾਈ। ਤੇ ਕੋਈ ਜਾਂਦੇ ਮੈਸੇਜ ਸਰੋਤਿਆਂ ਦੇ ਲਈ? ਬਾਈ ਮੈਂ ਮੈਸੇਜ ਤਾਂ ਕੀ ਦੇਵਾਂ ਬਾਈ, ਮੈਂ ਤਾਂ ਬੜਾ ਸਿਆਣਾ ਨਹੀਂ, ਮੈਂ ਬਾਈ ਇੱਕ ਹੀ ਮੈਸੇਜ ਆ ਸਾਰਿਆਂ ਨੂੰ ਵੀ, ਕਈ ਬੰਦੇ ਨਾ ਬਾਈ ਪੋਸਟਾਂ ਥੱਲੇ ਕਮੈਂਟ ਕਰ ਦਿੰਦੇ ਆ ਤੇ ਵੀ ਬਾਈ ਇੰਨੀ ਜਿਹੜੀ ਤੁਸੀਂ ਇਹ ਐਨਰਜੀ ਪੋਸਟਾਂ ਦੇ ਲੋਕਾਂ ਨੂੰ ਗਾਲਾਂ ਕੱਢਣ ਚ ਲਾਉਂਦੇ ਹੋ ਨਾ, ਇਹ ਕੋਈ ਇਹ ਨਹੀਂ ਹੈਗਾ ਵੀ ਸਾਡੇ ਗਾਣਿਆਂ ਥੱਲੇ ਜਾਂ ਸਾਡੇ, ਮੈਂ ਕਈ ਕੁੜੀਆਂ ਵੀ ਦੇਖੀਆਂ ਜਿਨ੍ਹਾਂ ਦੀਆਂ ਕੁੜੀਆਂ ਦੇ ਕਮੈਂਟ ਕਰ ਦਿੰਦੇ ਆ ਗੰਦੇ, ਜਿਹਨੂੰ ਕਮੈਂਟ ਕਰਨ ਵਾਲੇ ਉਹਨੂੰ ਕਰਦੇ ਨਹੀਂ। ਆ ਮੋਦੀ ਨੇ ਬਿੱਲ ਪਾਸ ਕਰਤੇ, ਉਹਨੂੰ ਕੋਈ ਕਮੈਂਟ ਨਹੀਂ ਕਰ ਰਿਹਾ ਕਿਉਂਕਿ ਪਤਾ ਉਹਨਾਂ ਨੂੰ ਵੀ ਉੱਥੇ ਇੰਟੈਲੀਜੈਂਸ ਹੈਗੀ ਵੀ ਉੱਥੋਂ ਚੱਕ ਲੈਣਾ ਸਾਡਾ ਅਕਾਊਂਟ ਅਕਾਊਂਟ ਖੋਲ ਕੇ। ਵੀ ਮੇਰਾ ਭਰਾ ਇੱਕ ਤਾਂ ਨਸ਼ੇ ਜਿਹੜੇ ਚੱਲਦੇ ਆ ਬਾਈ ਇਹਨਾਂ ਦਾ ਖਿਆਲ ਰੱਖੋ ਮੇਰਾ ਭਰਾ, ਬਾਕੀ ਆ ਜਿਹੜਾ ਅੰਦੋਲਨ ਚੱਲ ਰਿਹਾ 5 ਮਿੰਟ ਕੱਢ ਕੇ ਜੇ ਕੋਈ ਵੀ ਵੀਰ ਭਰਾ ਸਾਡਾ 5 ਮਿੰਟ ਕੱਢ ਕੇ ਧਰਨੇ ਤੇ ਜ਼ਰੂਰ ਜਾਇਆ ਕਰੋ, ਉੱਥੇ ਜਾ ਕੇ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਸਾਡਾ जिहड़ा वजूद आ वो साडा वजूद साडी जमीन नाल ही है ते जे साडी जमीन गई तो साडा वजूद खत्म। आही मैसेज है जी। तो दोस्तों ये सी बाई गुलाब सिद्धू। ਆਪਾਂ ਨੇ ਪੁੱਛਣ ਦੀ ਬਹੁਤ ਕੋਸ਼ਿਸ਼ ਕਰੀ ਬਾਈ ਤੋਂ ਪੜਵਾਉਣ ਦੀ ਗੱਲਬਾਤ ਪਰ ਬਾਈ ਨੇ ਦੱਸਿਆ ਨਹੀਂ ਟਾਲ ਦੀ ਗੱਲ ਵੀ ਕਦੋਂ ਰਿਲੀਜ਼ ਹੋ ਰਿਹਾ, ਪਰ ਉਮੀਦ ਇਹ ਹੈ ਕਿ ਅੱਜ ਜਿਵੇਂ ਟੀਜ਼ਰ ਹੋ ਰਿਹਾ 2 ਦਿਨਾਂ ਚ ਗਾਣਾ ਵੀ ਰਿਲੀਜ਼ ਹੋ ਜੂਗਾ। ਤਾਂ ਦੋਸਤੋ ਦੇਖਦੇ ਰਹੋ ਜੱਟ ਬਾਬੇ ਟੈਲੀਵਿਜ਼ਨ।